ਜਸਟ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਵਾਗਤ ਕਰਦਾ ਹੈ। ਦੇਸ਼ ਦੇ ਮਜ਼ਦੂਰ ਦੇ ਲਈ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਬਹੁਤ ਸਾਰੀ ਸਿਆਸਤ ਹੋ ਰਹੀ ਹੈ। ਸਿਆਸਤ ਇਹੋ ਜੀ ਹੋ ਰਹੀ ਹੈ ਕਿ ਮਜ਼ਦੂਰ ਉਹ ਦਰਿਆ ਦੇ ਨਾਲ-ਨਾਲ ਵੀ ਚੱਲਦਾ ਪਿਆ। ਮਜ਼ਦੂਰ ਲੀਰ ਨਾਲ-ਨਾਲ ਵੀ ਚੱਲਦਾ ਪਿਆ ਤੇ ਮਜ਼ਦੂਰ ਸੜਕ ਤੇ ਮਰਦਾ ਵੀ ਪਿਆ। ਚਾਹੇ ਭੁੱਖ ਨਾਲ ਚਾਹੇ ਹਾਸੇ ਦੀ ਸ਼ਕਲ ਵਿੱਚ ਪਰ ਮਜ਼ਦੂਰ ਦੇਸ਼ ਦਾ ਉਹ ਮਰਦਾ ਪਿਆ। ਤੇ ਇਹਨਾਂ ਦਾ ਕੇਸ ਹੈ ਜਿਹੜਾ ਮਰਨ ਵਾਲਾ ਉਸ ਸੁਪਰੀਮ ਕੋਰਟ ਤੱਕ ਪਹੁੰਚਦਾ ਤੇ ਸੁਪਰੀਮ ਕੋਰਟ ਦੀ ਟਿੱਪਣੀ ਜਿਹੜੀ ਹੁੰਦੀ ਹੈ ਉਸ ਤੇ ਵੀ ਸਿਆਸਤ ਸ਼ੁਰੂ ਹੋ ਜਾਂਦੀ ਹੈ ਅਸੀਂ ਸਵਾਲ ਲੋਕਤੰਤਰ ਦੇ ਉਹਨਾਂ ਚਾਰਾ ਸਤੰਭਾ ਤੇ ਕਰਨਾ ਚਾਰੇ ਥੰਮਾ ਤੇ ਕਰਨਾ ਚਾਰੇ ਖੰਬਿਆਂ ਤੇ ਕਰਨਾ ਜਿਨ੍ਹਾਂ ਕਿ ਇਹ ਸਵਾਲ ਵਾਰ-ਵਾਰ ਆ ਰਿਹਾ ਹੈ ਕਿ ਦੇਸ਼ ਦਾ ਮਜ਼ਦੂਰ ਕਿਸ ਨੇ ਕੀਤਾ ਮਜ਼ਬੂਰ ਵਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਚਰਚਾ ਦੇ ਦੌਰਾਨ ਸਵਾਲੇ ਪੁੱਛਿਆ ਜਾਵੇਗਾ ਭਾਰਤ ਵਿੱਚ ਮਜ਼ਦੂਰਾਂ ਦੇ ਹਾਲਾਤ ਤੇ ਜਮਹੂਰੀਅਤ ਦੇ ਚਾਰੇ ਥੰਮ ਕਿੰਨੇ ਸਵੇਦਨਸ਼ੀਲ ਹੈ ਅਸੀਂ ਇਸੇ ਤੇ ਚਰਚਾ ਕਰਨੀ ਹੈ ਖਾਸ ਮਹਿਮਾਨ ਸਾਡਾ ਮੌਜੂਦ ਹੈ ਕਿ ਉਹਨਾਂ ਦਾ ਤੁਹਾਡਾ ਤਾਰਫ ਕਰਾ ਰਿਹਾ ਸਰਵਜੀਤ ਸਿੰਘ ਪੰਦੇਰ ਇਹ ਸੀਨੀਅਰ ਜਰਨਲਿਸਟ ਨੇ ਪੀਟੀਆਈ ਦੇ ਵਿੱਚ ਕੰਮ ਕਰ ਚੁੱਕੇ ਨੇ ਸੰਡੇ ਗਾਰਡੀਅਨ ਚ ਕੰਮ ਕਰ ਚੁੱਕੇ ਹੈ ਦਾ ਹਿੰਦੂ ਦੇ ਵਿੱਚ ਇਹਨਾਂ ਦਾ ਲੰਬਾ ਤਜਰਬਾ ਤੇ ਤਕਰੀਬਨ 3 ਦਹਾਕੀਆਂ ਤੋਂ ਵੱਧ ਦਾ ਸਮਾਂ ਇਹਨਾਂ ਨੇ ਪੱਤਰਕਾਰਤਾ ਦੇ ਵਿੱਚ ਬਤਾਇਆ ਤੇ ਇਹਨਾਂ ਨੂੰ ਕੱਲੀ-ਕੱਲੀ ਚੀਜ਼ ਦੀ ਸਮਝ ਹੈ ਕਿ ਲੋਕਤੰਤਰ ਦੇ ਚਾਰੇ ਖੰਭੇ ਕਿਸ ਤਰੀਕੇ ਨਾਲ ਕੰਮ ਕਰਦੇ ਆ ਜਿਹੜੇ ਖੰਭੇ ਨਾਲ ਜਿਹੜੇ ਥੰਮ ਨਾਲ ਇਹ ਜੁੜੇ ਹੋਏ ਆ ਉਸ ਦਾ ਵੀ ਇਹਨਾਂ ਨੂੰ ਬਖੂਬੀ ਪਤਾ ਹੈਗਾ ਕਿ ਉਹ ਕਿਸ ਤਰੀਕੇ ਨਾਲ ਕੰਮ ਕਰਦਾ ਹੈਗਾ ਤੇ ਪੰਦੇਰ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਸ ਸਿਆਸਤ ਨੂੰ ਕੀ ਸਮਝ ਆ ਰਿਹਾ ਹੈ ਜਿਹੜਾ ਕਿਸਾਨ ਨੂੰ ਨਹੀਂ ਸਮਝ ਆ ਰਿਹਾ ਪੰਦੇਰ ਸਾਹਿਬ ਸਰ ਤੁਹਾਡਾ ਬਹੁਤ ਸਵਾਗਤ ਆ ਸਰ ਮਿਹਰਬਾਨੀ ਜੀ ਬਹੁਤ-ਬਹੁਤ ਪ੍ਰੋਫੈਸਰ ਮਨਜੀਤ ਸਿੰਘ ਇਹ ਪੋਲੀਟਿਕਲ ਐਨਾਲਿਸਟ ਦੇ ਤੌਰ ਤੇ ਵਿਚਰਤੇ ਆ ਪਰ ਜਦੋਂ ਇਹਨਾਂ ਨਾਲ ਅਕਸਰ ਅਸੀਂ ਗੱਲਬਾਤ ਕਰਦੇ ਹਾਂ ਟੀਵੀ ਡਿਬੇਟਸ ਵੀ ਜੋ ਸ਼ਾਮਲ ਹੁੰਦੇ ਆ ਅਕਸਰ ਕਿਰਤੀਆਂ ਮੈਦੂਨਾਂ ਦੀ ਗੱਲ ਕਰਦੇ ਆ ਆਦਿਵਸੀਆਂ ਦੀ ਗੱਲ ਕਰਦੇ ਆ ਜਿਨ੍ਹਾਂ ਬਾਰੇ ਇਹਨਾਂ ਨੇ ਕੰਮ ਵੀ ਕੀਤਾ ਹੋਇਆ ਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਜਿਹੜੇ ਮਜ਼ਦੂਰ ਹੈ ਮਜਬੂਰ ਹੋ ਕੇ ਇਥੋਂ ਜਾ ਰਹੇ ਆ ਉਹਨਾਂ ਦੀ ਮਜਬੂਰੀ ਦਾ ਕੋਈ ਫਾਇਦਾ ਤਾਂ ਨਹੀਂ ਚੱਕ ਰਿਹਾ ਕੋਈ ਉਹਨਾਂ ਤੇ ਵੋਟ ਬੈਂਕ ਦੀ ਪੋਲਿਟਿਕਸ ਤਾਂ ਨਹੀਂ ਕਰ ਰਿਹਾ ਕਿ ਜਿਹੜੇ ਮਜ਼ਦੂਰ ਮਰ ਰਹੇ ਆ ਉਹਨਾਂ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਕੀ ਕਹਿੰਦੀਆਂ ਹੈਕੀਆਂ ਤਾਂ ਜਾਂ ਜਿਹੜੇ ਮਜ਼ਦੂਰ ਭੁ ਕਰੋ ਬੇਕਾਰ ਕੀਤਾ ਜਾ ਰਿਹਾ ਜਾਂ ਘਰ ਵਾਲੇ ਪਾਸੇ ਤੋਰ ਨੂੰ ਮਜਬੂਰ ਕੀਤਾ ਜਾ ਰਿਹਾ ਜਿਹਨਾਂ ਤੋਂ ਕੰਮ ਖੋਇਆ ਗਿਆ ਉਹਨਾਂ ਮਜ਼ਦੂਰਾਂ ਬਾਰੇ ਸਾਡੇ ਦੇਸ਼ ਦਾ ਸਿਸਟਮ ਕੀ ਕਹਿੰਦਾ ਪ੍ਰਸਮਜੀਤ ਜੀ ਸਾਨੂੰ ਤੋਂ ਸਮਝਾ ਕੇ ਪ੍ਰਸਮਜੀਤ ਜੀ ਸਰ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਜੀ ਪੰਦੇਰ ਸਾਹਿਬ ਸਭ ਤੋਂ ਪਹਿਲਾ ਸਵਾਲ ਸਰ ਤੁਹਾਨੂੰ ਕਰਨਾ ਚਾਹਾਂਗਾ ਪੰਦੇਰ ਸਾਹਿਬ ਚਾਰੇ ਖੰਬੇ ਜਿਹੜੇ ਸਾਡੇ ਲੋਕਤੰਤਰ ਦੇ ਜਮਹੂਰੀਅਤ ਦੇ ਉਹ ਸਰ ਇਸ ਮਾਮਲੇ ਨੂੰ ਲੈ ਕੇ ਕਿੰਨੇ ਸੰਵੇਦਨਸ਼ੀਲ ਤੋਂ ਲੱਗਦੇ ਆ ਕੇ ਪੀਜੀ کافی ਜਿਹੜਾ ਹੈਗਾ ਸਵਾਲ ਦੇ ਵਿੱਚ ਬਹੁਤ ਵੱਡੀ ਤੁਹਾਡੀ ਤੁਸੀਂ ਗੁੰਝਲ ਪੇਸ਼ ਕੀਤੀ ਆ ਜਿਹੜਾ ਮਜ਼ਦੂਰ ਦੀ ਜਿਹੜੀ ਗੱਲ ਆਉਂਦੀ ਆ ਬੇਸ਼ੱਕ ਅਸੀਂ ਬੜੀ ਦੇਰ ਤੋਂ ਅਸੀਂ ਪੋਲੀਟੀਕਲ ਪਾਰਟੀਆਂ ਆਪਣੇ ਆਪ ਨੂੰ ਜਦੋਂ ਗੱਲ ਕਰਦੀਆਂ ਨੇ ਔਰ ਇਵਨ ਜਿਹੜਾ ਮੀਡੀਆ ਹੈ ਐਗਜ਼ੀਕਟਿਵ ਹੈ ਜੁਡੀਸ਼ਰੀ ਹੈ ਉਹ ਇਕੁਐਲਿਟੀ ਦੀ ਗੱਲ ਕਰਦੇ ਆ ਪਰ ਇਹ ਇਕੁਐਲਿਟੀ ਬਾਰੇ ਮੈਨੂੰ ਤਾਂ ਆਪਣੇ ਜੀਵਨ ਕਾਲ ਚ ਕਦੇ ਹੁੰਦੀ ਦੇਖੀ ਨਹੀਂ ਇਹ ਪਾੜਾ ਜਿਹੜਾ ਹੈਗਾ ਹੈਬਸ ਐਂਡ ਹੈਵ ਨਾਟਸ ਦਾ ਜਿਹੜਾ ਹੈ ਉਹ ਵੱਧਦਾ ਹੀ ਚੁੜਿਆ ਜਾ ਰਿਹਾ ਔਰ ਸਪੈਸ਼ਲੀ ਜਦੋਂ ਤੋਂ ਇਹ ਜਿਹੜੀ ਨਵੀਂ ਆਰਥਿਕ ਨੀਤੀ ਜਿਹੜੀ ਗਲੋਬਲ ਲੈਵਲ ਤੇ ਜਿਹਨੂੰ ਅਸੀਂ ਗਲੋਬਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਆਲ ਲਿਬਰਲਾਈਜੇਸ਼ਨ ਦਾ ਜਿਹੜਾ ਫਾਰਮੂਲਾ ਲਿਆ ਕੇ ਐਲ ਪੀ ਜੀ ਆਲਾ ਜਿਹੜਾ ਕਹਿੰਦੇ ਨੇ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਗਲੋਬਲ ਇਹ ਜਿਹੜਾ ਰਜਿਮ ਆਈ ਹੈ ਜਿਹਦੇ ਵਿੱਚ ਡਬਲਿਊਟੀਓ ਵਰਲਡ ਬੈਂਕ ਆਈਐਮਐਫ ਨੇ ਟੋਟਲ ਕਬਜ਼ਾ ਕੀਤਾ ਔਰ ਉਹਦੇ ਵਿੱਚ ਇੱਕ ਫੇਸਲੈਸ ਇੱਕ ਲੀਡਰਸ਼ਿਪ ਪੈਦਾ ਹੁੰਦੀ ਹੈ ਜੋ ਪੋਲੀਟੀਕਲ ਸੋਵਰੈਂਟੀ ਖਤਮ ਕਰਦੀ ਹੈ ਉਹਦੇ ਵਿੱਚ ਸਰਮਾਇਏ ਦੀ ਤਾਂ ਗਲੋਬਲਾਈਜੇਸ਼ਨ ਹੋ ਗਈ ਸੀ ਪਰ ਲੇਬਰ ਦੀ ਗਲੋਬਲਾਈਜੇਸ਼ਨ ਨਹੀਂ ਸੀ ਹੋਈ ਜਦੋਂ ਤੁਸੀਂ ਇਕਨੋਮੀ ਨੂੰ ਸਟੱਡੀ ਕਰਦੇ ਹੋ ਮੈਂ ਕੋਈ ਇਕਨੋਮਿਸਟ ਨਹੀਂ ਹੈਗਾ ਬਟ ਜਿਹੜੀ ਆਮ ਜਿਹਨੂੰ ਕਾਮਨ ਸੈਂਸ ਦੀ ਗੱਲ ਕਰਦੇ ਹਾਂ ਇਹ ਆ ਕਿ ਇਕਨੋਮੀ ਦੇ ਵਿੱਚ ਜਿਹੜਾ ਵੀ ਕੋਈ ਤੁਸੀਂ ਅਰਥ ਚਾਰਾ ਜਿੱਥੇ ਵੀ ਹੋਏਗਾ ਉੱਥੇ ਸਰਮਾਇਆ ਔਰ ਕਿਰਤ ਜਿਹੜੀ ਹੈ ਕੈਪੀਟਲ ਔਰ ਲੇਬਰ ਇਹਨਾਂ ਨੇ ਇਕੱਠਿਆਂ ਨਹੀਂ ਹੀ ਕੰਮ ਕਰਨਾ ਕਿਉਂਕਿ ਜਿਹੜਾ ਲੇਬਰ ਹੈ ਉਹਨੇ ਕੈਪੀਟਲ ਨੂੰ ਸਬਸਿਡਾਈਜ਼ ਕਰਨਾ। ਉਹ ਇਹ ਜਿਹੜਾ ਸਾਡਾ ਟੋਟਲ ਇੱਕ ਡਿਸਟਾਰਟਡ ਗਲੋਬਲਾਈਜੇਸ਼ਨ ਦਾ ਫਾਰਮੂਲਾ ਸਾਡੇ ਤੇ ਥੋਪਿਆ ਗਿਆ ਜਿਹਦੇ ਵਿੱਚ ਲੇਬਰ ਦਾ ਕੋਈ ਸਥਾਨ ਨਹੀਂ ਮਿਲਿਆ। ਇਹ ਉਸ ਦਾ ਸਿੱਟਾ ਹੈ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਅੱਜ ਲੇਬਰ ਦੀ ਹਾਲਤ ਇਹ ਆ ਪਿੱਛੇ ਜਿਹੇ ਲੇਬਰ ਰਿਫਾਰਮਸ ਦੀ ਨਾਂ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਲੇਬਰ ਦਾ ਘਾਣ ਕੀਤਾ ਗਿਆ। ਕਾਨੂੰਨ ਦਰ ਕਾਨੂੰਨ ਜਿਹੜਾ ਹੈ ਉਹ ਲੇਬਰ ਦੇ ਕੀਤਿਆਂ ਦੇ ਜਿਹੜੇ ਹਕੂਕ ਨੇ ਉਹਨਾਂ ਤੋਂ ਖੋਏ ਗਏ ਇੱਥੇ ਤੱਕ ਕਿ ਜਿਹੜੀ ਉਹਨਾਂ ਦੀ ਸਰਵਾਈਵਲ ਹੈ ਬੇਸਿਕ ਸਰਵਾਈਵਲ ਵੀ ਇਨਸ਼ੋਰ ਨਹੀਂ ਕੀਤੀ ਜਾਂਦੀ ਇਹ ਸਾਡੇ ਲੈਜਿਸਲੇਚਰ ਚ ਹੋਇਆ ਔਰ ਫਿਰ ਐਗਜ਼ੈਕਟਿਵ ਨੇ ਇੰਪਲੀਮੈਂਟ ਕੀਤਾ ਜੁਡੀਸ਼ਰੀ ਉਸ ਦਾ ਜਿਹੜੀ ਹੈਗੀ ਆ ਕਿਉਂਕਿ ਲਾ ਬਣ ਗਿਆ ਔਰ ਸਾਡਾ ਜਿਹੜਾ ਚੌਥਾ ਥੰਮਾ মিডিਆ ਉਹਨੂੰ ਦਾ ਸ਼ਾਇਦ ਇਸ ਬਾਰੀਕੀ ਦਾ ਬਹੁਤ ਲੈਵਲ ਦੇ ਉੱਤੇ ਮੇਰੇ ਹਿਸਾਬ ਦੇ ਨਾਲ ਇਸ ਗੱਲ ਦਾ ਸੂਝੇ ਹੈ ਨਹੀਂ ਸੀ ਵੀ ਇਹ ਹੋ ਕੀ ਗਿਆ ਅਸੀਂ ਜੋ ਹਾਲਾਤ ਸਾਡੇ ਆਪਣੇ ਕੀਤੀਆਂ ਨਾਲ ਹੋ ਰਿਹਾ ਮੀਡੀਆ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਨਹੀਂ ਬਚਾ ਸਕਦੇ ਦੂਸਰੀ ਗੱਲ ਜਿਹੜਾ ਅਸੀਂ ਹੁਣ ਵੀਡੀਓਜ਼ ਦੇਖ ਰਿਹਾ ਧੜਾ ਧੜ ਕੇ ਲੇਬਰ ਤੁਰਿਆ ਜਾ ਰਿਹਾ ਮੈਂ ਪਹਿਲਾਂ ਵੀ ਕਈ ਜਗ੍ਹਾ ਦੇ ਉੱਤੇ ਕਈ ਪਲੇਟਫਾਰਮ ਦੇ ਉੱਪਰ ਗੱਲ ਕੀਤੀ ਆ ਕਿ ਜਿਹੜਾ ਕਰੋਨਾ ਦਾ ਜਿਹੜਾ ਜਿਹੜੀ ਮਹਾਮਾਰੀ ਹੈ ਇਹਦੇ ਨਾਲੋਂ ਜ਼ਿਆਦਾ ਨੁਕਸਾਨ ਜਿਹੜਾ ਖੌਫ ਦਾ ਜਿਹੜਾ ਮੰਜ਼ਰ ਸਿੱਟਜਿਆ ਜਾ ਰਿਹਾ ਉਹਨੇ ਜ਼ਿਆਦਾ ਕਰਨਾ ਔਰ ਇਹ ਇੱਕ ਸੈਟਬੈਕ ਹੋਇਆ ਸਾਡੇ ਸਾਹਮਣੇ ਜਿਹੜੇ ਜਿਹੜਾ ਲਾਕਡਾਊਨ ਵਗੈਰਾ ਹੋਏ ਇਹ ਵੀ ਅਨਪਲਾਨਡ ਨੇ ਕਿਸੇ ਤਰੀਕੇ ਨਾਲ ਪਲਾਨ ਨਹੀਂ ਹੋਏ ਜੀ ਉਹਦੇ ਵਿੱਚ ਜਿਹੜੀ ਆਪਾਂ ਗੱਲ ਕਰਦੇ ਆ ਅਫਵਾਹ ਦਾ ਜਿਹੜਾ ਬੋਲਬਾਲਾ ਹੋਇਆ ਉਸਨੇ ਖੌਫ ਦੇ ਜਿਹੜਾ ਤੰਤਰ ਆ ਉਹਨੂੰ ਤਰਜੀਹ ਦਿੱਤੀ ਉਹਦੇ ਵਿੱਚ ਇਹ ਗਰੀਬ ਇਹਨਾਂ ਦੇ ਐਕਸੈਸ ਵੀ ਨਹੀਂ ਹੁੰਦਾ ਜੈਨੂਇਨ ਇਨਫੋਰਮੇਸ਼ਨ ਕੋਲੇ ਸਾਰਿਆਂ ਦੇ ਕੋਲੇ ਵਟਸਐਪ ਹੈ ਗਿਆ ਉਹਦੇ ਉੱਪਰ ਰਿਊਮਰ ਆ ਜਾਂਦੀ ਆ ਟੈਕਨੋਲੋਜੀ ਅਵੇਲੇਬਲ ਆ ਉਹਦੇ ਤੇ ਰਿਊਮਰ ਆ ਗਈ ਵੀ ਫਿਰ ਹੁਣ ਲੋਕਾਂ ਨੂੰ ਸ਼ੁਰੂ ਹੋ ਗਿਆ ਕਿ ਸ਼ਾਇਦ ਮਰੇ ਜਾਣਾ ਐ ਐਡੀ ਵੱਡੀ ਬਿਮਾਰੀ ਹੋ ਗਈ ਆ ਸਭ ਨੇ ਖਤਮ ਹੋ ਜਾਣਾ ਇੱਥੇ ਤੇ ਫਿਰ ਲੱਗਦਾ ਆ ਕਿ ਜੀ ਸਾਡਾ ਅਸੀਂ ਤਾਂ ਘਰੋਂ ਬੇਕਰ ਫਿਰ ਇਹਨਾਂ ਨੂੰ ਅਸੀਂ ਬੜੀ ਇੱਕ ਜਿਹੜੀ ਹੈਗੀ ਆ ਬੇਦਿਲੀ ਦੇ ਨਾਲ ਇੱਕ ਜਿਹਨੂੰ ਕਹਿੰਦੇ ਨਾ ਕਠੋਰ ਦਿਲ ਦੇ ਨਾਲ ਆਪਣੇ ਹੀ ਲੋਕਾਂ ਨੂੰ ਅਸੀਂ ਜਿਹੜੇ ਹੈਗੇ ਆ ਪ੍ਰਵਾਸੀ ਮਜ਼ਦੂਰ ਕਹਿੰਦੇ ਆ ਬਿਹਾਰ ਤੋਂ ਕਿਵੇਂ ਹੋ ਗਿਆ ਜੀ ਪ੍ਰਵਾਸੀ ਸਪੈਸ਼ਲੀ ਪੰਜਾਬੀਆਂ ਵਾਸਤੇ ਉਪ ờ ਬਿਹਾਰ ਕਿਵੇਂ ਪ੍ਰਵਾਸੀ ਹੋ ਗਿਆ ਜਿੱਥੇ ਕਿ ਸਾਡਾ ਆਪਣਾ ਜਿਹੜਾ ਪੰਜਾਬੀਆਂ ਦਾ ਔਰ ਖਾਸ ਤੌਰ ਤੇ ਸਿੱਖਾਂ ਦਾ ਆਪਣਾ ਤਖਤ ਹੈ ਜਿੱਥੇ ਜਿਹੜਾ ਕੋਈ ਉੱਥੋਂ ਕੋਈ ਆਵੇ ਉਹਨੂੰ ਅਸੀਂ ਕਿਵੇਂ ਕਹਿ ਦਈਏ ਕਿ ਆ ਜਿੱਥੋਂ ਹੋਰ ਜੱਗਾਂ ਦੇ ਉੱਤੋਂ ਜਿੱਥੇ ਸਾਡੇ ਪੰਜਾਬੀਆਂ ਆਏ ਪਹਿੰਦਰ ਸਾਹਿਬ ਤੁਸੀਂ ਬਹੁਤ ਵਾਜਬ ਸਵਾਲ ਚੁੱਕਿਆ ਹੈ ਅਸੀਂ ਆਪਣੇ ਨੂੰ ਹੀ ਪ੍ਰਵਾਸੀ ਕਹਿ ਰਹੇ ਹਾਂ ਸਾਡੇ ਮੀਡੀਆ ਦੇ ਵਿੱਚ ਵੀ ਇਹ ਸ਼ਬਦ ਨੂੰ ਪ੍ਰਚਲਿਤ ਕੀਤਾ ਗਿਆ ਹੈ ਸਰ ਇਸ ਸ਼ਬਦ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਜੋ ਜ਼ਿਕਰ ਹੈ ਸੀ ਇਹ ਸ਼ਬਦ ਵਰਤਾਂਗੇ ਫਿਰ ਪਾੜਾ ਖਤਮ ਨਹੀਂ ਹੋਊਗਾ ਪੰਦੇਰ ਸਾਹਿਬ ਜਿਹੜਾ ਜ਼ਿਕਰ ਤੁਸੀਂ ਕਰ ਰਹੇ ਹੋ ਬਿਲਕੁਲ ਇਹਦੀ ਅਵੇਰਨੈਸ ਕਰਨੀ ਸਾਡੇ ਇਸ ਦੇ ਵਿੱਚ ਮੀਡੀਆ ਦਾ ਰੋਲ ਬਹੁਤ ਵੱਡਾ ਹੋ ਸਕਦਾ ਅਸੀਂ ਇਹ ਕਹਿ ਸਕਦੇ ਹਾਂ ਮਜ਼ਦੂਰ ਹੀ ਕਹਿਣਾ ਚਾਹੀਦਾ ਕਿਉਂਕਿ ਉਹ ਮਜ਼ਦੂਰ ਹੈ ਚਲੋ ਮੈਂ ਮੈਂ ਅੱਜ ਵਾਦਾ ਕਰਦਾ ਹਾਂ ਪੰਦੇਸਾ ਤੁਹਾਡਾ ਬੜਾ ਲੰਬਾ ਤਿਆਰਬਾ ਇਸ ਫੀਲਡ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਸਾਡੀ ਪੂਰੀ ਟੀਮ ਕੋਸ਼ਿਸ਼ ਕਰੂਗੀ ਪ੍ਰਵਾਸੀ ਸ਼ਬਦ ਮਜ਼ਦੂਰਾਂ ਦੇ ਨਾਲ ਨਹੀਂ ਲਿਖਿਆ ਜਾਊਗਾ ਅੱਜ ਤੋਂ ਬਾਅਦ ਅੱਜ ਜਿਹੜੀਆਂ ਚੱਲਣਗੀਆਂ ਅੱਜ ਗਲਤੀਆਂ ਹੋਣਗੀਆਂ ਅੱਜ ਦੀਆਂ ਗਲਤੀਆਂ ਤੁਸੀਂ ਉਹ ਮaaf ਕਰ ਦਿਓ ਤੇ ਉਸ ਤੋਂ ਬਾਅਦ ਪ੍ਰਵਾਸੀ ਸ਼ਬਦ ਸਾਡਾ ਅਦਾਰਾ ਤਾਂ ਨਹੀਂ ਲਿਖੂਗਾ ਨਾ ਬੋਲੂਗਾ ਕਿ ਇਹ ਜੀ ਬੜੀ ਇੱਕ ਲੈਫਟਿਸਟ ਸਲੋਗਨ ਸੀਗਾ ਜਿਸ ਨੂੰ ਉਹ ਕਹਿੰਦੇ ਸੀ ਲੇਬਰ ਆਫ ਦੀ ਵਰਲਡ ਯੂਨਾਈਟ ਔਰ ਉਸੇ ਤੋਂ ਹੀ ਜਦੋਂ ਉਹਨਾਂ ਨੇ ਦੁਨੀਆ ਦੀ ਜਿਹੜੇ ਸੀ ਕਿ ਮਜ਼ਦੂਰਾਂ ਨੂੰ ਇਕੱਠੇ ਕਰਨ ਨੂੰ ਹੋਣ ਦੀ ਗੱਲ ਹੋਈ ਉਸੇ ਚੋਂ ਹੀ ਲਾਲ ਝੰਡਾ ਜਿਹੜਾ ਹੈਗਾ ਉਹਨਾਂ ਦਾ ਮਜ਼ਦੂਰਾਂ ਦਾ ਬਣਿਆ ਜੋ ਲੈਫਟਿਸਟ ਦਾ ਬਾਅਦ ਚੋਂ ਬਣ ਗਿਆ ਇਸ ਲਈ ਇੱਕ ਜਿਹੜੀ ਅਵੇਅਰਨੈਸ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਲੋਕ ਨੇ ਜਿਹੜੇ ਇਹ ਸਾਡੇ ਹੀ ਨੇ ਇਹ ਸਾਡੇ ਸਿਸਟਮ ਦੇ ਬਹਾਨੇ ਇੰਨਾ ਚੋਈ ਸਾਡੇ ਜਿਹੜਾ ਕਿਸੇ ਟਾਈਮ ਦੇ ਉਤੇ ਸਾਡੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਉਹਦੇ ਵਿੱਚ ਜਿਹੜਾ ਕਿਸਾਨ ਆ ਉਹ ਕੀਰਤੀ ਹੋਈ ਹੈ ਔਰ ਜਵਾਨ ਜਿਹੜਾ ਉਹ ਸਿਪਾਹੀ ਹੈ ਔਰ ਇਹਨਾਂ ਦੋਹਾਂ ਤੋਂ ਬਿਨਾ ਸਿਪਾਹੀ ਔਰ ਕੀਰਤੀਆਂ ਤੋਂ ਬਿਨਾ ਸਾਡਾ ਦੇਸ਼ ਚੱਲ ਨਹੀਂ ਸਕਦਾ ਉਹ ਜਿਹੜੀ ਇੱਕ ਸਟਰੈਂਥ ਹੈ ਜਿਹੜੀ ਸਾਡੀ ਸ਼ਕਤੀ ਇਹੀ ਨੇ ਜਦੋਂ ਅਸੀਂ ਆਪਣੀ ਸ਼ਕਤੀ ਨੂੰ ਨਹੀਂ ਮੰਨਣ ਨੂੰ ਤਿਆਰ ਫੇਰ ਸਾਡੀ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਹੁੰਦਾ ਸੀ ਕਿ ਜਿਹੜਾ ਗਲੋਬਲਾਈਜੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਤੁਹਾਡੀ ਸੋਵਰੈਨਿਟੀ ਖਤਮ ਕਰਦਾ ਉਹ ਤੁਹਾਡੀ ਸੋਚ ਸ਼ਕਤੀ ਤੇ ਖਤਮ ਕਰਦਾ ਔਰ ਇਹ ਅਸਰ ਹੁਣ ਸਾਨੂੰ ਨਜ਼ਰ ਆਉਣੇ ਸ਼ੁਰੂ ਹੋ ਗਏ ਠੀਕ ਹੈ ਪੰਦਰ ਸਾਹਿਬ ਤੁਸੀਂ ਬਹੁਤ ਵਿਸਥਾਰ ਸਹਿ ਦੱਸਿਆ ਸਾਡੇ ਜਿਹੜੇ ਚਾਰੇ ਖੰਭੇ ਕਿਸ ਤਰੀਕੇ ਨਾਲ ਕੰਮ ਕਰਦੇ ਪਿਆ ਚਾਰੇ ਸਵਾਲਾਂ ਛੇ ਗਏ ਪ੍ਰਸ ਮਜੀਤ ਸਿੰਘ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਰਹੇ ਹੋਵੋਗੇ ਆ ਬੱਚਾ ਜਿਹੜਾ ਬਰੀਫ ਕੇਸ ਤੇ ਅਟੈਚੀ ਤੇ ਲੰਮਾ ਪਿਆ ਹੋਇਆ ਤੁਸੀਂ ਵੀ ਇਹ ਤਸਵੀਰਾਂ ਦੇਖੀਆਂ ਨੇ ਪ੍ਰਸ ਮਜੀਤ ਸਿੰਘ ਬਿਲਕੁਲ ਦੇਖੀਆਂ ਜੀ ਪ੍ਰਸ ਮਜੀਤ ਸਿੰਘ ਸਵਾਲ ਇਹ ਹੈਗਾ ਏ ਮੁਹੱਬਾ ਜਾਣਾ ਸੀ ਇਹਨਾਂ ਨੇ ਪੰਜਾਬ ਤੋਂ ਤੇ ਮੁਹੱਬਾ ਮੈਂ ਵੀ ਗਿਆ ਸੀਗਾ ਅੱਜ ਤੋਂ ਬਹੁਤ ਸਾਲ ਪਹਿਲਾਂ ਮੈਨੂੰ ਯਾਦ ਆ ਸਰ ਮੈਂ ਰੇਲ ਗੱਡੀ ਤੇ ਗਿਆ ਸੀਗਾ ਪ੍ਰਸ ਮਜੀਤ ਸਿੰਘ ਰੇਲ ਗੱਡੀ 'ਚ ਬੈਠੇ ਬੈਠੇ ਅਸੀਂ ਥੱਕ ਗਏ ਸੀਗੇ ਇਹ ਵਿਚਾਰੇ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਇਹਨਾਂ ਨੂੰ ਅਸੀਂ ਸ਼ਬਦ ਕਿਹੜੇ ਦਈਏ ਪ੍ਰਸ ਮਜੀਤ ਸਿੰਘ ਇਹ ਜਿਸ ਦਿਨ ਵੀ ਇਸ ਪੀਰੀਅਡ ਦਾ ਇਤਿਹਾਸ ਲਿਖਿਆ ਜਾਊਗਾ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਟੈਕਸਟ ਬੁੱਕਾਂ ਵਿੱਚ ਕਿਤਾਬਾਂ 'ਚ ਪੜ੍ਹਾਵਾਂਗੇ ਯੂਨੀਵਰਸਿਟੀਆਂ ਕਾਲਜਾਂ 'ਚ ਤਾਂ ਉਹਦਾ ਇੱਕ ਵੱਡਾ ਹਿੱਸਾ ਮਜ਼ਦੂਰ ਹੋਣਗੇ ਕਰੋਨਾ ਨਹੀਂ ਹੋਊਗਾ ਕਿਉਂਕਿ ਕਰੋਨਾ ਤਾਂ ਇੱਕ ਜਨਰਲ ਬਿਮਾਰੀ ਹੈਗੀ ਔਰ ਕਰੋਨਾ ਇੱਥੇ ਤੁਰਿਆ ਫਿਰੂਗਾ ਕਰੋਨਾ ਦੀ ਇੰਪੋਰਟੈਂਸ ਘੱਟ ਜੂਗੀ ਪਰ ਇਹ ਜੋ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਸਾਰੇ ਸੜਕਾਂ ਦੇ ਉੱਤੇ ਲਗਾਤਾਰ 50 ਦਿਨ ਹੋ ਗਏ ਆ ਔਰ ਵਰਕਰ 1500 ਕਿਲੋਮੀਟਰ 2000 ਕਿਲੋਮੀਟਰ ਗਰਭਵਤੀ ਔਰਤਾਂ 8 8 ਮਹੀਨੇ ਦੀਆਂ ਪੈਰ ਸੁੱਜ ਗਏ ਆ ਚੱਪਲਾਂ ਆ ਫੇਰ ਉਹਨਾਂ ਦਾ ਹੋਰ ਦਿਖਾਣ ਦੇਖੋ ਉਹ ਇਸ ਕਰਕੇ ਨਹੀਂ ਗਏ ਕਿ ਉਹਨਾਂ ਨੂੰ ਕੰਮ ਨਹੀਂ ਚਾਹੀਦਾ ਉਹ ਇਹ ਰੌਲਾ ਵੀ ਪੈ ਗਿਆ ਕਿ ਤੁਹਾਨੂੰ ਕੰਮ ਦੇਾਂਗੇ ਤੁਸੀਂ ਰੁਕ ਜਾਓ ਉਹ ਇਸ ਕਰਕੇ ਜਾ ਰਹੇ ਆ ਇਸ ਕਰਕੇ ਪਲਾਨ ਕਰ ਰਹੇ ਆ ਆਪਣੇ ਘਰਾਂ 'ਚ ਕਿ ਉਹਨਾਂ ਨੂੰ ਸਰਕਾਰ ਤੇ ਭਰੋਸਾ ਹੀ ਨਹੀਂ ਰੋਟੀ ਨਹੀਂ ਦਿੱਤੀ ਨੌਕਰੀ ਚਲੀ ਗਈ ਨੌਕਰੀ ਦਾ ਕੋਈ ਜਿੰਨੇ ਦਿਨ ਇਹਨਾਂ ਨੇ ਮੋਦੀ ਜੀ ਨੇ ਉਹਨਾਂ ਨੂੰ ਵੀ ਭਰੋਸਾ ਦਿੱਤਾ ਸੀ ਕਿ ਜਿੱਥੇ-ਜਿੱਥੇ ਵਰਕਰ ਰਹਿ ਗਏ ਉਹਨਾਂ ਦੇ ਮਾਲਕ ਉਹਨਾਂ ਨੂੰ ਤਨਖਾਹਾਂ ਦੇਣਗੇ ਫੈਕਟਰੀਆਂ ਦੇ ਅੰਦਰ ਰੱਖਣਗੇ ਸੈਨੀਟਾਈਜ਼ਰ ਮਿਲੂਗਾ ਸਾਬਣ ਮਿਲੂਗਾ ਫਲਾਨੀਆਂ ਗੱਲਾਂ ਬੈਠੇ ਦਿੱਲੀ ਆਪਣੇ ਚ ਏਸੀ ਕਮਰਿਆਂ ਚ ਕਰੀ ਜਾਂਦੇ ਆ ਥੱਲੇ ਮਰਨ ਵਾਲੀ ਹਾਲਤ ਪਹੁੰਚ ਗਈ ਆ ਔਰ ਡੈਥ ਹੋ ਰਹੀਆਂ ਆ ਰਿਪੋਰਟ ਨਹੀਂ ਹੋ ਰਹੀਆਂ ਇਸ ਵੇਲੇ ਭੁੱਖ ਮਰੀ ਨਾਲ ਸਰ ਇਹਦੇ ਅੰਕੜੇ ਕਦੇ ਮਿਲਣਗੇ ਪ੍ਰੈਸ ਮਨਜੀਤ ਸਿੰਘ ਸਾਨੂੰ ਕਹਿੰਦੇ ਕਦੇ ਅੰਕੜੇ ਮਿਲਣਗੇ ਵੀ ਭੁੱਖ ਮਰੀ ਨਾਲ ਕਿੰਨੇ ਲੋਕ ਮਰੇ ਹਾਦਸਿਆਂ ਦੇ ਸ਼ਿਕਾਰ ਹੋ ਕੇ ਕਿੰਨੇ ਲੋਕ ਮਰੇ ਜਿਹੜੇ ਸੜਕਾਂ ਤੇ ਤੁਰੇ ਜਾਂਦੇ ਆ ਰੇਲੀਆਂ ਤੇ ਜਾ ਰਹੇ ਆ ਨਾਲ ਨਾਲ ਦਰਿਆਵਾਂ ਦੇ ਨਾਲ ਨਾਲ ਜਾ ਰਹੇ ਆ ਜੰਗਲਾਂ ਵਿੱਚ ਦੀ ਜਾ ਰਹੇ ਆ ਸਰ ਜੰਗਲਾਂ ਵਾਲੇ ਤੇ ਸਾਨੂੰ ਗਿਣਤੀ ਨਹੀਂ ਮਿਲਣੀ ਕਦੇ ਪ੍ਰੈਸ ਮਨਜੀਤ ਸਿੰਘ ਬਿਲਕੁਲ ਨਹੀਂ ਇਹ ਜਿੱਦਣੇ ਖੁੱਲੂਗਾ ਨਾ ਸਾਰਾ ਕੁਝ ਪੰਡੋਰਾ ਖੁੱਲੂਗਾ ਹੁਣ ਅੱਜ ਪਿੱਲ ਸੁਪਰੀਮ ਕੋਰਟ ਚ ਪੈ ਗਈ ਆ ਉਹਨਾਂ ਨੇ ਇਹਨਾਂ ਨੇ ਕਿਹਾ ਕਿ ਕਿਵੇਂ ਕਾਨੂੰਨ ਜਿਹੜੇ ਸਾਡੇ ਸਾਡੇ ਤੁਸੀਂ ਬੰਦ ਕਰ ਦਿੱਤੇ ਆ ਸਾਡੇ ਦੇ ਸਾਡੇ ਜਿਹੜੇ ਯੂਪੀ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਵਿੱਚ ਇੰਨੇ ਚਿਰ ਦੀ ਲੰਮੀ ਲੜਾਈ ਤੋਂ ਜਿੱਤਿਓ ਇਹ ਕਾਨੂੰਨ ਤੁਸੀਂ ਸਾਰੇ ਸਸਪੈਂਡ ਕਰਕੇ ਰੱਖ ਦਿੱਤੇ ਆ ਭੀ 3 ਸਾਲ ਲਈ ਕੋਈ 1000 ਦਿਨ ਕਹਿੰਦਾ ਕੋਈ 1200 ਦਿਨ ਕਹਿੰਦਾ ਕੋਈ 3 ਸਾਲ ਕਹਿੰਦਾ ਇਹ ਕਿਵੇਂ ਹੋਊਗਾ ਇਸੇ ਤਰੀਕੇ ਨਾਲ ਆਈਐਲਓ ਨੇ ਇਹਨਾਂ ਨੂੰ ਝਾੜ ਪਾਈ ਅੱਜ ਉਹਨਾਂ ਨੇ ਪੁੱਛ ਲਿਆ ਇਹਨਾਂ ਨੂੰ ਕਰਕੇ ਇਹ ਜਿਹੜਾ ਕੰਮ ਸਰ ਤੁਸੀਂ ਜਿਹੜੀ ਤੁਸੀਂ ਪਟੀਸ਼ਨ ਦੀ ਅੱਜ ਦੀ ਗੱਲ ਕਰਦੇ ਹੋ ਪ੍ਰਸਮਜੀਤ ਜੀ ਸਰ ਮੈਨੂੰ ਨਹੀਂ ਪਤਾ ਉਸ ਪਟੀਸ਼ਨ ਦਾ ਕੀ ਬੰਨਾ ਤੇ ਕਿੰਨੇ ਪਾਈ ਆ ਤੇ ਕੀ ਹੋਣਾ ਹੁੰਦਾ ਪਰ ਜਿਹੜਾ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਔਰੰਗਾਬਾਦ ਰੇਲ ਹਾਦਸੇ ਤੇ ਸੁਣਾਇਆ ਉਸ ਦੀ ਚਰਚਾ ਕਰਨੀ ਬੰਦੀ ਆ ਮੇਰੇ ਕੋਲ ਆਪਾਂ ਹੀ ਡੀਟੇਲ ਸਰ ਸਾਰੀ ਸੁਪਰੀਮ ਕੋਰਟ ਜਿਹੜਾ ਫੈਸਲਾ ਸੁਣਾਇਆ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਕਰੂੰਗਾ ਜਰੂਰ ਕਿਉਂਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਸੂਬਿਆਂ ਨੇ ਨਹੀਂ ਸਾਂਭੇ ਮਜ਼ਦੂਰ ਤੇ ਫਿਰ ਮਜਬੂਰ ਮਜਬੂਰ ਹੋ ਜਾਂਦਾ ਹੈ ਮਜ਼ਦੂਰ ਜਦੋਂ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਜਦੋਂ ਉਹਨਾਂ ਨੂੰ ਕੰਮ ਪਿੰਡ ਵੱਲ ਨੂੰ ਵਾਪਸ ਤੁਰਦਾ ਤੇ ਇੱਥੇ ਸ਼ਬਦ ਆਇਆ ਕਿ ਪ੍ਰਵਾਸੀ ਸ਼ਬਦ ਦਾ ਇਸਤੇਮਾਲ ਕਿਉਂ ਕੀਤਾ ਜਦੋਂ ਪ੍ਰਵਾਸੀ ਸ਼ਬਦ ਦਾ ਇਸਤੇਮਾਲ ਹੁੰਦਾ ਇਹਦਾ ਮਤਲਬ ਅਸੀਂ ਉਹਨਾਂ ਨੂੰ ਪਹਿਲਾਂ ਹੀ ਪਾੜੇ ਦੀ ਨਜ਼ਰ ਨਾਲ ਦੇਖਦੇ ਪਏ ਹਾਂ ਤੇ ਉਹ ਪਾੜੇ ਹੀ ਨਜ਼ਰ ਸਾਨੂੰ ਖਤਮ ਕਰਨੀ ਪਵੇ ਕਿ ਸਵਾਲ ਇਹ ਵੀ ਹੋਵੇਗਾ ਕਿ ਇਹਨੀਆਂ ਸ਼ਰਮਿਕ ਟ੍ਰੇਨਾਂ ਚਲਾਈਆਂ ਕਿਆਂ ਇਹਨਾਂ ਦਾ ਮਤਲਬ ਹੈ ਕੀ ਹੈ ਤੇ ਜਦੋਂ ਸੂਬੇ ਕਹਿਣ ਕਿ ਸਾਡੀ ਸੰਤ ਖਤਮ ਹੋਊਗੀ ਇਹਨਾਂ ਨੂੰ ਰੋਕੋ ਤੇ ਨਾਲੇ ਜਦੋਂ ਸੂਬੇ ਕਹਿਣ ਕਿ ਇਹਨਾਂ ਨੂੰ ਭੇਜੋ ਸਮਝਣੀਆਂ ਦੀ ਸੂਬਿਆਂ ਦੀ ਸਿਆਸਤ ਕੀ ਹੈਗੀ ਤੇ ਕੇਂਦਰ ਦੀ ਸਿਆਸਤ ਕੀ ਹੈ ਇਹ ਪਾੜਾ ਵੀ ਸਮਝਣਾ ਪਵੇਗਾ ਵ੍ਰੇਤ ਤੋਂ ਵਾਪਸ ਆ ਰਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਵਾਪਸ ਤੁਹਾਡਾ ਸਵਾਗਤ ਹੈ ਦੇਸ਼ ਦਾ ਮਜ਼ਦੂਰ ਕਿਸ ਨੇ ਕੀਤਾ ਮਜ਼ਬੂਰ ਅਸੀਂ ਸਵਾਲ ਕਿਉਂ ਪੁੱਛ ਰਿਹਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਭਾਰਤ ਚ ਮਜ਼ਦੂਰਾਂ ਦੇ ਹਾਲਾਤ ਤੇ ਜਮਹੂਰੀਅਤ ਦੇ ਚਾਰੇ ਥੰਮ ਕਿੰਨੇ ਸੁਵੇਤਸ਼ੀਲ ਹੈ ਪ੍ਰਸਮਜੀਤ ਸਿੰਘ ਤੁਸੀਂ ਸਰ ਗੱਲ ਕਰ ਰਹੇ ਸੀਗੇ ਅ ਅਦਾਲਤਾਂ ਦੀ ਗੱਲ ਕਰ ਰਹੇ ਸੀਗੇ ਸਿਆਸਤ ਅਦਾਲਤਾਂ ਸਾਰੀਆਂ ਇਕੱਠੀਆਂ ਚੱਲਦੀਆਂ ਪਈਆਂ ਇਹ ਚਾਰੇ ਥਮਾਂ ਦਾ ਜ਼ਿਕਰ ਕਰਦੇ ਪਿਆ ਖੁਦ ਤੁਸੀਂ ਵੀ ਉਹਨਾਂ ਥਮਾਂ ਵਿੱਚ ਸ਼ਾਮਲ ਹੈਗੇ ਆ ਪ੍ਰਸਮਜੀਤ ਸਿੰਘ ਆ ਮੇਰੇ ਕੋ ਸਰ ਪਿਆ ਇਹਦੇ ਵਿੱਚ ਆਖਰੀ ਲਾਈਨ ਲਿਖੀ ਹੋਈ ਆ ਸਰ ਦਾ ਮਿਸਲੀਨੀਅਸ ਐਪਲੀਕੇਸ਼ਨ ਸਟੈਂਡਸ ਡਿਸਮਿਸਡ ਤੇ ਜੇ ਔਰੰਗਾਬਾਦ ਰੇਲ ਹਾਸੇ ਬਾਰੇ ਤੁਹਾਨੂੰ ਪਤਾ ਹੈਗਾ ਤਾਂ ਉਹਦੇ ਵਿੱਚ ਸੁਪਰੀਮ ਕੋਰਟ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਜੇ ਲੋਕ ਟਰੈਕ ਤੇ ਸੋ ਜਾਣ ਤੱਕ ਹੀ ਕੀਤਾ ਜਾ ਸਕਦਾ ਹੈ ਅਜਿਹੇ ਮਾਮਲੇ 'ਚ ਸੂਬਿਆਂ ਨੂੰ ਫੈਸਲਾ ਲੈਣਾ ਚਾਹੀਦਾ ਹੈ ਟਰੈਕ ਤੇ ਕੌਣ ਚੱਲ ਰਿਹਾ ਅਦਾਲਤ ਨਿਗਰਾਨੀ ਕਿਵੇਂ ਕਰੇ ਸਾਰੇ ਦਾ ਮਤਲਬ ਕੀ ਹੈ ਪ੍ਰਸੰਜੀਤ ਦੇਖੋ ਮੈਂ ਇੱਕ ਗੱਲ ਬੜੀ ਸਾਫ਼ ਦੱਸਦਾ ਹਾਂ ਕਿ ਜਦੋਂ ਜਿਹੜੀ ਸਾਡੀ ਸੁਪਰੀਮ ਕੋਰਟ ਆ ਸਰਵੋੱਚ ਅਦਾਲਤ ਆ ਉਹਦੀ ਹਾਲਤ ਇਹ ਬਣ ਚੁੱਕੀ ਹੈ ਕਿ ਤੁਸੀਂ ਜਿਹੜੇ ਚਾਰ ਥੰਮ ਕਹਿੰਦੇ ਹੋ ਉਹ ਜੁੜ ਚੁੱਕੇ ਆ ਇੱਕੋ ਹੀ ਥੰਮ ਆ ਇੱਕ ਥੰਮ ਦੇ ਉੱਤੇ ਕੋਈ ਵੀ ਚੀਜ਼ ਸਟੇਬਲ ਨਹੀਂ ਹੁੰਦੀ ਉਹ ਡਾਮਾ ਡੋਲ ਹੀ ਰਹੂਗੀ ਇਹ ਆਉਣ ਵਾਲੇ ਸਮੇਂ 'ਚ ਇਹ ਕੋਈ ਬਹੁਤਾ ਚੰਗਾ ਹਾਲਾਤ ਨਹੀਂ ਹੈ ਜਿਹੜੇ ਪਿੱਛੇ ਫੈਸਲੇ ਤੁਸੀਂ ਜੇ ਲਗਾਤਾਰ ਕੋਰਟਾਂ ਦੇ ਦੇਖੋ ਤਾਂ ਉਹਨਾਂ ਨੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਪਤਾ ਕਿ ਕਿੰਨਾ ਮੁਸਲਮਾਨਾਂ ਦੇ ਵਿਰੁੱਧ ਹੋਇਆ ਔਰ ਇਸ ਨੂੰ ਰੋਕਣ ਦੀ ਤਬਲੀਗੀ ਗੱਲ ਦੀ ਰੋਕਣ ਦੀ ਕਿਸੇ ਨੇ ਪੈਲ ਪਾਈਗੇ ਇਹਦੇ ਨਾਲ ਸਾਡਾ ਸਮਾਜ ਦੇ ਵਿੱਚ 파ੜਾ ਪਊਗਾ ਤੇ ਸੁਪਰੀਮ ਕੋਰਟ ਦਾ ਫੈਸਲਾ ਆ ਨਹੀਂ ਜੀ ਇਹ ਮੀਡੀਆ ਦੀ ਆਜ਼ਾਦੀ ਆ ਇਹ ਲਾਂਝਿਤ ਪਾਉਣ ਵਾਲੀ ਗੱਲ ਆ ਕੋਰਟ ਦੇ ਉੱਤੇ ਇਸ ਤਰ੍ਹਾਂ ਦੀ ਤੁਸੀਂ ਫੈਸਲੇ ਦੋਗੇ ਕਿ ਸਮਾਜ ਨੂੰ ਤੋੜ ਕੇ ਰੱਖ ਦਿਓ ਧਰਮ ਦੇ ਨਾਂ ਦੇ ਉੱਤੇ ਜਿੱਥੇ ਤੁਸੀਂ ਦੇਖ ਰਹੋ ਉਹਨਾਂ ਦੇ ਨਾਂ ਦੇ ਲੜਨਾ ਹੈਗਾ ਇਸ ਫੈਸਲੇ ਜਦੋਂ ਆਉਣ ਲੱਗ ਪਏ ਆ ਇਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ ਤੁਸੀਂ ਚਾਰ ਥੰਮ ਬਾਰ-ਬਾਰ ਕਹਿੰਦੇ ਆ ਉਹ ਜੁੜ ਚੁੱਕੇ ਆ ਉਹ ਇਕੱਠਾ ਹੀ ਥਾਮਿਆ ਤੇ ਜਿਹਨੂੰ ਲੀਡ ਕਰਦੇ ਆ ਕੁਝ ਉਹੋ ਜੀਆਂ ਤਾਕਤਾਂ ਜਿਹੜੀਆਂ ਮਜ਼ਦੂਰਾਂ ਦੇ ਹੱਕ 'ਚ ਨਹੀਂ ਜਿਹੜਾ ਤੁਹਾਡਾ ਅੱਜ ਸਬਜੈਕਟ ਆ ਹੁਣ ਮੈਂ ਨਿੱਕੀ ਗੱਲ ਕਹਿ ਕੇ ਪੰਦੇਸ ਗੱਲ ਨੂੰ ਅੱਗੇ ਤੋਰਨਗੇ ਮੈਂ ਗੱਲ ਇਹ ਕਹਿਣੀ ਚਾਹੁੰਦਾ ਇਹ ਇੱਕ ਆਪਤਕਾਲੀ ਐਮਰਜੈਂਸੀ ਹਾਲਾਤ ਸੀਗੇ ਅਚਾਨਕ ਆਏ ਅਚਾਨਕ ਵੀ ਨਹੀਂ ਇੱਕਦੇ ਆਏ ਆਪਾਂ ਸੁੱਤੇ ਰਹੇ ਜਾਣ ਕੇ ਸੁੱਤੇ ਰਹੇ ਅਗਨੋਰ ਕੀਤਾ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਤੇ ਸਿਰ ਤੇ ਆ ਗਈ ਆ ਫਿਰ ਅਸੀਂ ਬੁਖਲਾ ਗਏ ਔਰ ਬੁਖਲਾਇਆ ਵਾਲਾ response ਹੋਇਆ ਉਦੋਂ ਵੀ ਜਦੋਂ ਬਖੜਾੜ ਹੀ ਗਏ 31 ਤਰੀਕ 31 ਮਾਰਚ ਨੂੰ 31 ਮਾਰਚ ਨੂੰ ਵੀ ਇਹੋ ਜੀ ਪੈ ਲੱਗਿਆ ਕਿ ਤੇ ਮਜ਼ਦੂਰਾਂ ਵਾਕ ਹੀ ਆ ਲਿਆ ਇਹਨਾਂ ਨੇ ਕਹਿਤਾ ਜੀ ਬਿਲਕੁਲ ਠੀਕ ਆ ਅਸੀਂ ਉਹਨਾਂ ਨੂੰ ਅਨਾਜ ਵੀ ਦੇ ਰਹੇ ਆ ਉਹਨਾਂ ਨੂੰ ਨੌਕਰੀਆਂ ਵੀ ਮਿਲੀਆਂ ਉਹਨਾਂ ਨੂੰ ਸਾਰਾ ਕੁਝ ਹੋਊਗਾ ਕੋਈ ਗੱਲ ਨਹੀਂ ਇਹ ਸੁਪਰੀਮ ਕੋਰਟ ਤੇ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਜਵਾਬ ਦਿੱਤਾ ਹੈ 31 ਮਾਰਚ ਦੀ ਜਿਹੜੀ ਪਿਲ ਦਾ ਇੰਨਾ ਹਾਲਾਤਾਂ ਚ ਮੈਂ ਇਹ ਕਹਿੰਨਾ ਗਰਾਊਂਡ ਦੇ ਥੱਲੇ ਕੀ ਸੀਗਾ ਗਰਾਊਂਡ ਲੈਵਲ ਤੇ ਇਹ ਹੋ ਰਿਹਾ ਸੀਗਾ ਕਿ ਚਾਹੀਦਾ ਏ ਸੀ ਬਹੁਤ ਸਾਰੇ ਬੰਦਿਆਂ ਕੋਲ ਕੋਈ ਆਪਣਾ ਰਾਸ਼ਨ ਕਾਰਡ ਨਹੀਂ ਕੋਈ ਕਾਰਡ ਨਹੀਂ ਕੋਈ ਕਿਸੇ ਕੋਲ ਨਹੀਂ ਪਰ ਢਿੱਡ ਤੇ ਸਾਰਿਆਂ ਨੂੰ ਲੱਗਾ ਬਿਨਾ ਰਾਸ਼ਨ ਕਾਰਡ ਵਾਲਿਆਂ ਦੀ ਗਿਣਤੀ 8 ਕਰੋੜ ਲੋਕਾਂ ਦੀ ਹੈ ਮਜ਼ਦੂਰਾਂ ਦੀ ਥੋੜੇ ਨਹੀਂ ਹੈਗੇ ਸਰ ਜਿਆਦਾ ਇਸ ਤੋਂ ਵੀ ਜਿਆਦਾ ਸਰ ਪ੍ਰਸਾਦ ਸਿੰਘ ਇਸ ਤੋਂ ਵੀ ਜਿਆਦਾ ਬਿਨਾ ਰਾਸ਼ਨ ਕਾਰਡ ਵਾਲੇ ਇਸ ਤੋਂ ਵੀ ਜਿਆਦਾ ਸਰ ਬਿਲਕੁਲ ਜਿਹੜੇ 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 ਕੇਪੀ ਸੀ ਕੀ ਜਿਹੜੇ ਬਾਹਰੋਂ ਆਏ ਹੈ ਉਹ ਬਿਲਕੁਲ ਹੀ ਉਹਨਾਂ ਨੂੰ ਕੋਈ ਚੀਜ਼ ਦੀ ਸਹੂਲਤ ਇਸ ਕਰਕੇ ਨਹੀਂ ਮਿਲ ਸਕੀ ਕਿਉਂਕਿ ਉਹ ਪੀਡੀਆ ਸਿਸਟਮ ਦੇ ਵਿੱਚ ਆਪਣੇ ਕਾਰਡ ਕੋਡ ਬੁੱਤੇ ਦਿਖਾ ਨਹੀਂ ਸਕੇ ਚਾਹੀਦਾ ਇਹ ਸੀ ਕਿ ਸਰ ਸਰਕਾਰ ਨੇ ਇਹ ਦਾਵਾ ਕੀਤਾ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈਗੇ ਉਹਨਾਂ ਨੂੰ ਵੀ ਰਾਸ਼ਨ ਦਿੱਤਾ ਜਾਊਗਾ ਮੇਰਾ ਸਵਾਲ ਇਹ ਸਰ ਹੈਗਾ ਮੇਰਾ ਸਵਾਲ ਸਰ ਇਹ ਹੈਗਾ ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਗੱਲ ਸਰ ਅੱਜ ਦੀ ਨਹੀਂ ਚੱਲਦੀ ਪਈ ਬਹੁਤ ਪਹਿਲਾਂ ਦੀ ਚੱਲਦੀ ਪਈ ਹੈ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਸਰ ਇਹ ਸੁਣਦੇ ਪਏ ਆ ਵਨ ਨੇਸ਼ਨ ਵਨ ਰਾਸ਼ਨ ਕਾਰਡ ਅਗਸਤ ਤੱਕ ਸਭ ਕੁਝ ਹੋ ਜਾਊਗਾ ਸਰ ਰਾਸ਼ਨ ਤਾਂ ਅੱਜ ਚਾਹੀਦਾ ਸਰ ਕੀਪੀ ਸਿੰਘ ਜੀ ਜਿਹੜੀਆਂ ਸਾਜ ਪਛਾਖੜੀ ਤਾਕਤਾਂ ਹੁੰਦੀਆਂ ਜਿਹੋ ਜਿਹੀਆਂ ਹੁਣ ਸਾਡੇ ਇੱਥੇ ਸੱਜੀਆਂ ਤਾਕਤਾਂ ਰੂਲ ਕਰ ਰਹੀਆਂ ਜਾਂ ਤੇ ਉਹ ਪੁਰਾਣੇ ਇਤਿਹਾਸ ਨੂੰ ਰੋਮਾਂਟੇਸਾਈਜ਼ ਕਰਨਗੀਆਂ ਉਹਦੇ ਬਾਰੇ ਗੁਣਗਾਇਨ ਕਰਨਗੀਆਂ ਸਾਡਾ ਵੈਦਿਕ ਪੀਰੀਅਡ ਸਾਡਾ ਆਏ ਪੀਰੀਅਡ ਜਾਂ ਇਹ ਕਹਿਣ ਦੀਆਂ ਕਿ 10 ਸਾਲ ਬਾਅਦ ਅਸੀਂ ਤੁਹਾਨੂੰ ਕੁਝ ਦਿਆਂਗੇ ਜੋ ਅੱਜ ਮਜ਼ਦੂਰ ਭੁੱਖਾ ਸੜਕਾਂ ਤੇ ਰੋਲ ਰਿਹਾ ਇਹ ਸੀਤਾ ਕਾ ਮੈਨੂੰ 3 ਦਿਨ ਹੋ ਗਿਆ ਸੱਡ ਰੋਲਾ ਪਾਉਂਦੀ ਨੂੰ ਬੈਠ ਕੇ ਟਾਈਮ ਵੇਸਟ ਕਰਦੀ ਆ মিডিਆ ਦਾ ਵੀ ਸਾਡਾ ਵੀ ਇੱਕ ਗੱਲ ਕਿਉਂ ਨਹੀਂ ਸਿੱਧੀ ਇਹਨੇ ਪਹਿਲੇ ਦਿਨ ਆਣ ਕੇ ਕਹੀ ਕਿ ਜਿੰਨੇ ਮਜ਼ਦੂਰ ਆ ਸੜਕਾਂ ਦੇ ਉੱਤੇ ਐਸ ਵੇਲੇ ਜਾ ਰਹੇ ਆ ਉਹ ਉੱਥੇ ਹੀ ਰੁਕ ਜਾਣ ਅਸੀਂ ਉਹਨਾਂ ਨੂੰ 10 ਘੰਟਿਆਂ ਦੇ ਅੰਦਰ ਅੰਦਰ ਸਾਰਿਆਂ ਨੂੰ ਰਾਸ਼ਨ ਪਹੁੰਚਾ ਰਹੇ ਆ ਔਰ ਸਾਰਿਆਂ ਨੂੰ ਉੱਥੇ ਦੀ ਉੱਥੇ ਦੀ ਜਿਹੜੀ ਟਰਾਂਸਪੋਰਟ ਸਟੇਟ ਆ ਉੱਥੇ ਜਾ ਕੇ ਉਹਨਾਂ ਨੂੰ ਆਪੋ ਆਪਣੇ ਘਰਾਂ ਪਹੁੰਚਾਉਗੀ ਕਿਸੇ ਨੂੰ ਇੱਕ ਕਦਮ ਨਹੀਂ ਚੱਲਣ ਦੀ ਲੋੜ। ਪ੍ਰਸਾਦ ਸਿੰਘ ਕਿਹੋ ਜੀਆਂ ਗੱਲਾਂ ਕਰਦੇ ਪਏ ਤੁਸੀਂ 85% ਤੇ 15% ਤੇ ਲੜਾਈ ਹੋ ਰਹੀ ਆ ਇੱਥੇ ਪੰਦੇਰ ਸਾਹਿਬ ਮੈਂ ਆ ਰਹੇ ਆ ਵਾਪਸ ਪ੍ਰਸਾਦ ਸਿੰਘ ਜੀ ਕੋਲ ਪੰਦੇਰ ਸਾਹਿਬ ਸਰੇ ਕਿਹੋ ਜੀ ਸਿਆਸਤ ਹੈ ਮੈਨੂੰ ਥੋੜਾ ਸਮਝਾ ਦਿਓ ਮੈਂ ਬਹੁਤ ਪਰੇਸ਼ਾਨ ਆ ਤਿੰਨ ਚਾਰ ਦਿਨਾਂ ਤੋਂ ਮੈਂ ਸਰੇ ਨੂੰ ਸਵਾਲ ਕਰ ਰਿਹਾ ਮੈਨੂੰ ਅਸਾ ਜਵਾਬ ਨਹੀਂ ਮਿਲ ਪਾਰਿਆ ਸ਼ਰਮਿਕ ਟ੍ਰੇਨ ਚਲਾਈ ਜਾਂਦੀ ਹੈ ਮਜ਼ਦੂਰਾਂ ਨੂੰ ਭੇਜਿਆ ਜਾਣਾ ਉਸ ਤੋਂ ਬਾਅਦ ਕਹਿੰਦੇ ਸੂਬੇ ਅੜਿੱਕੇ ਪਾ ਰਹੇ ਆ ਸੂਬਾ ਕਹਿੰਦਾ ਸਾਡੀ ਸੰਨਤ ਕਿਵੇਂ ਚੱਲੂਗੀ ਸਾਨੂੰ ਕੋਈ ਪੈਕੇਜ ਦੇ ਦਿਓ ਸਵਾਲ ਸੂਬਾ ਤੇ ਕੇਂਦਰ ਸਰਕਾਰ ਦਾ ਜਦੋਂ ਆ ਗਿਆ ਸਰ ਇੱਕ ਪਾਸੇ ਸ਼ਰਮਿਕ ਟ੍ਰੇਨ ਚਲਾਈ ਜਾਂਦੀ ਹੈ ਦੂਜੇ ਪਾਸੇ ਕਹਿੰਦੇ ਸੂਬਾ ਡਿੱਕੇ ਪਾਰਿਆ ਤੀਜੇ ਪਾਸੇ ਕਹਿੰਦੇ ਮਜ਼ਦੂਰ ਵਾਪਸ ਕੋ ਜਾ ਰਹੇ ਆ ਚੌਥੇ ਪਾਸੇ ਕਹਿੰਦੇ ਉਹਨਾਂ ਨੂੰ ਉੱਥੇ ਹੀ ਰੋਕ ਲਓ ਉਹਨਾਂ ਨੂੰ ਉੱਥੇ ਹੀ ਰਾਸ਼ਨ ਦਵਾਂਗੇ ਸਰ ਇਹ ਹੈ ਕਿ ਇਹ ਮੈਨੂੰ ਸਮਝ ਨਹੀਂ ਆ ਰਿਹਾ ਪੰਦੇਰ ਸਾਹਿਬ ਮੈਨੂੰ ਸਮਝਾ ਦਿਓ ਪਲੀਜ਼ ਅੱਜ ਕੇ ਪੀ ਸਿੰਘ ਜੀ ਬਿਲਕੁਲ ਮੈਂ ਪਹਿਲੇ ਵੀ ਆਪਣੀ ਇਹ ਗੱਲ ਕੀਤੀ ਸੀ ਕਿ ਗੱਲ ਕੋਈ ਬਿਮਾਰੀ ਦੀ ਨਹੀਂ ਹੈ ਅਗਰ ਬਿਮਾਰੀ ਦੀ ਗੱਲ ਹੁੰਦੀ ਜਿਹੜਾ ਸਪੈਸ਼ਲੀ ਮਜ਼ਦੂਰ ਸਾਡਾ ਤਬਕਾ ਹੈ ਉਹਨਾਂ ਦੇ ਵਿੱਚ ਆਲਰੇਡੀ ਇੱਕ ਐਪੀਡੈਮਿਕ ਚ ਹਿੰਦੁਸਤਾਨ ਦੇ ਵਿੱਚ ਕੋਈ ਸਭ ਤੋਂ ਜ਼ਿਆਦਾ ਮੌਤਾਂ ਇਹਦੇ ਨਾਲ ਹੋ ਰਹੀਆਂ ਸਰ ਬਿਲਕੁਲ ਠੀਕ ਆ ਪੰਦੇਰ ਸਾਹਿਬ 2.5 ਤੋਂ ਲੈ ਕੇ 3 ਲੱਖ ਲੋਕੀ ਜਿਹੜੇ ਹੈਗੇ ਆ ਹਿੰਦੁਸਤਾਨ ਦੇ ਵਿੱਚ ਜਿਹੜਾ ਇੱਕ ਔਸਤ ਨਿਕਲਦੀ ਆ ਕੋਈ 600 ਤੋਂ ਲੈ ਕੇ 750 ਲੋਕੀ ਰੋਜ਼ ਟੀਵੀ ਦੇ ਨਾਲ ਮਰਦੇ ਨੇ ਔਰ ਉਹ ਏਸੇ ਤਬਕੇ 'ਚ ਮਰਦੇ ਔਰ ਇਹੇ ਤਬਕਾ ਉਸ ਤੋਂ ਨਹੀਂ ਡਰਿਆ ਉਹ ਉਹ ਉਸ ਮਹਾਮਾਰੀ ਉਹ ਜਿਹੜੀ ਮਹਾਮਾਰੀ ਆਲਰੇਡੀ ਐਕਟਿਵ ਹੈ ਪਤਾ ਨਹੀਂ ਕਿੰਨੇ ਸਾਲਾਂ ਤੋਂ ਐਕਟਿਵ ਆ ਉਸ ਤੋਂ ਨਹੀਂ ਡਰੇ ਉਦੋਂ ਨਹੀਂ ਇਹਨਾਂ ਨੇ ਪਲਾਨ ਕੀਤਾ ਇਹ ਸਾਨੂੰ 1947 ਇਹਨਾਂ ਨੇ ਉਦੋਂ ਨਹੀਂ ਚੇਤੇ ਕਰਵਾਇਆ ਇਹ ਉਦੋਂ ਨਹੀਂ ਘਬਰਾਉਂਦੇ ਇਹ ਮੌਜੂਦਾ ਜਿਹੜੀ ਕਰੋਨਾ ਦੀ ਵਾਇਰਸ ਜਿਹੜੀ ਦੀ ਪ੍ਰੋਬਲਮ ਜਿਹੜੀ ਖੜੀ ਕੀਤੀ ਆ ਇਹਦਾ ਜਿਹੜਾ ਖੌਫ ਦਾ ਮੰਜ਼ਰ ਆ ਉਹ ਹਿੰਦੁਸਤਾਨ ਦੀ ਸਰਕਾਰ ਜਾਂ ਕਿਸੇ ਯੂਐਸਏ ਦੀ ਸਰਕਾਰ ਜਾਂ ਕਿਸੇ ਵੀ ਸਰਕਾਰ ਦੇ ਵਸ ਦੀ ਗੱਲ ਨਹੀਂ ਪੰਦੇਰ ਸਾਹਿਬ ਥੋੜਾ ਰੋਕ ਰਿਹਾ ਤੁਹਾਨੂੰ ਪੰਦੇਰ ਸਾਹਿਬ 1947 ਨਾਲ ਦੀ ਤੁਲਨਾ ਕਰਨੀ ਚਾਹੀਦੀ ਸਰ ਉਦੋਂ ਤਾਂ ਸਰਨਾਰਤੀ ਕੈਂਪਸ ਵੀ ਬਣੇ ਸੀਗੇ ਹੋਰ ਵੀ ਬਹੁਤ ਕੁਝ ਹੋਇਆ ਸੀ ਉਦੋਂ ਨਾ ਨਾ ਮੀਡੀਆ ਦਾ ਬੋਲਬਾਲਾ ਸੀਗਾ ਉਹਦੇ ਨਾਲ ਤੁਲਨਾ ਕਰਨੀ ਚਾਹੀਦੀ ਹੈ ਵੈਸੇ ਤੁਲਨਾ ਬਹੁਤ ਥੋੜੀ ਇਸ ਸੋਸ਼ਲ ਮੀਡੀਆ ਤੇ ਦੀ ਤੁਲਨਾ ਨਹੀਂ ਇਹ ਉਸ ਤੋਂ ਵੀ ਕਿਤੇ ਵੀ ਮਲਟੀਪਲਾਈਡ ਹੈਗਾ ਉਹ ਜਿਹੜੀ ਸੀਗੀ 1947 ਦੇ ਵਿੱਚ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਔਰ ਬੰਗਾਲ ਦੇ ਵਿੱਚ ਐਪਲਾਈਨ ਹੋਇਆ ਸੀ ਇਹ ਤਾਂ ਸਾਰੇ ਹਿੰਦੁਸਤਾਨ 'ਚ ਹੋ ਰਿਹਾ ਔਰ ਇਹ ਹਿੰਦੁਸਤਾਨ 'ਚ ਉਸ ਜੋ ਹੋ ਰਿਹਾ ਜਿਹੜਾ ਹਿੰਦੁਸਤਾਨ ਆਪਣੇ ਆਪ ਨੂੰ ਸੁਪਰ ਪਾਵਰ ਕਹਿ ਰਿਹਾ ਉਸ ਵੇਲੇ ਹਿੰਦੁਸਤਾਨ ਆਪਣੇ ਆਪ ਨੂੰ ਇੱਕ ਗਰੀਬ ਇੱਕ ਨਵਾਂ ਨਵਾਂ ਆਜ਼ਾਦ ਹੋਇਆ ਦੇਸ਼ ਸੀਗਾ ਜੀ ਔਰ ਆਪਣੇ ਜੀ ਰੇਂਗ ਰਿਹਾ ਸੀ ਆਪਣੇ ਗੁਟਨਿਆਂ ਦੇ ਬਲ ਤੇ ਔਰ ਉਸ ਵੇਲੇ ਹਿੰਦੁਸਤਾਨ ਦੀ ਹਾਲਤ ਤਰਸਯੋਗ ਸੀ ਹੁਣ ਅਸੀਂ ਆਪਣੇ ਆਪ ਨੂੰ ਸੁਪਰ ਪਾਵਰ ਕਹਿੰਦੇ ਆ ਸੁਪਰ ਪਾਵਰ ਦੇ ਵਿੱਚ ਇਹ ਹੋਇਆ ਦੁਨੀਆ ਦੇ ਵਿੱਚ ਕਰੋਨਾ ਦੇ ਅਸੀਂ ਦੇਖ ਰਹੇ ਹਾਂ ਸਾਰੇ ਦੇਸ਼ ਇਹਦੇ ਵਿੱਚ ਇੰਪੈਕਟ ਹੋਏ ਨੇ ਕਿਸੇ ਵੀ ਪਾਸੇ ਨਹੀਂ ਹੋਇਆ ਅਗਰ ਕੋਈ ਪਲਾਇਨ ਹੋਇਆ ਉਹ ਹਵਾਈ ਜਹਾਜ਼ਾਂ ਦੇ ਥਰੂ ਹੋਇਆ ਜਿਹਦੇ ਥਰੂ ਜਿਹਨਾਂ ਦੇ ਥਰੂ ਸਾਡੀ ਇਹ ਬਿਮਾਰੀ ਆਈ ਹੈ ਦੇਸ਼ ਦੇ ਵਿੱਚ ਉਦੇ ਥਰੂ ਹੋਇਆ ਕੋਈ ਸਾਡੇ ਅਸੀਂ ਸਰਕਾਰ ਨੇ ਹਵਾਈ ਜਹਾਜ਼ ਭੇਜ ਭੇਜ ਕੇ ਉਹਨਾਂ ਨੂੰ ਫ੍ਰੀ ਸਾਰਾ ਕੁਝ ਲਿਆਂਦਾ ਸੋ ਇਹਦੇ ਵਿੱਚ ਜਿਹੜੀ ਮੈਂ ਗੱਲ ਕਰਨਾ ਚਾਹਣਾ ਵਾ ਕਿ ਇਹ ਹੈ ਕਿ ਸਾਰੀ ਦੁਨੀਆ ਦੇ ਉਤੇ ਜਿਹੜਾ ਗਲੋਬਲਾਈਜੇਸ਼ਨ ਦੇ ਵਿੱਚ ਜਿਹੜੀ ਪੋਸਟ ਕੈਪੀਟਲਿਜ਼ਮ ਦਾ ਜ਼ਮਾਨਾ ਆ ਰਿਹਾ ਸੀ ਜਿਹਦੇ ਵਿੱਚ ਸਰਮਾਇਏ ਦਾ ਬੋਲਬਾਲਾ ਘਟ ਜਾਣਾ ਸੀ ਇਨਫੋਰਮੇਸ਼ਨ ਦਾ ਔਰ ਨੋਲਜ ਦਾ ਬੋਲਬਾਲਾ ਵਧਣਾ ਸੀ ਉਹਨੂੰ ਰੋਕਣ ਵਾਸਤੇ ਜਿਹੜੀਆਂ ਤਾਕਤਾਂ ਨੇ ਉਹ ਲੱਗੀਆਂ ਹੋਈਆਂ ਨੇ ਉਹ ਹੁਣ ਤਾਨਾਸ਼ਾਹੀ ਵਾਲੇ ਪਾਸੇ ਨੂੰ ਜਾ ਰਹੀਆਂ ਨੇ ਔਰ ਇਹ ਕਰੋਨਾ ਦਾ ਤੁਸੀਂ ਜਿਹੜਾ ਹੈਗਾ ਬਿਮਾਰੀ ਦਾ ਜਿਹੜਾ ਆੜ ਲੈ ਕੇ ਤਾਨਾशाही ਤਰੀਕੇ ਜਿਹੜੇ ਹੈ ਉਹ ਸਾਰੀ ਦੁਨੀਆ 'ਚ ਅਜ਼ਮਾਏ ਜਾ ਰਹੇ ਨੇ ਹਿੰਦੁਸਤਾਨ ਦੇ ਵਿੱਚ ਇਸ ਦੀ ਜਿਹੜਾ ਹੈਗਾ ਉਹ ਇਸ ਲਈ ਜ਼ਿਆਦਾ ਸਾਨੂੰ ਪ੍ਰਚੰਡ ਰੂਪ ਨਜ਼ਰ ਆਉਂਦਾ ਉਹ ਇਸ ਲਈ ਹੈ ਕਿਉਂਕਿ ਸਾਡੀ ਆਬਾਦੀ ਬਹੁਤ ਜ਼ਿਆਦਾ ਹੈ ਔਰ ਇਹ ਸਰਕਾਰ ਜਿਹੜੀ ਸੀ ਜਦੋਂ ਬਿਮਾਰੀ ਫੈਲਣੀ ਸ਼ੁਰੂ ਹੋਈ ਅਸੀਂ ਤਾਂ ਉਦੋਂ ਸਰਕਾਰਾਂ ਬਣਾਉਣ ਜਾਂ ਐਮਐਲਏ ਖਰੀਦੋ-ਫਰੋਖਤ ਦੇ ਵਿੱਚ ਲੱਗੇ ਹੋਏ ਸੀ ਉਦੋਂ ਅਸੀਂ ਸਾਡੀਆਂ ਪ੍ਰਾਇਰਟੀਜ਼ ਕੁਝ ਹੋਰ ਸੀਗੀਆਂ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਜਿਹੜੇ ਬੈਠ ਕੇ ਜਿਸ ਤਰ੍ਹਾਂ ਪਹਿਲਾਂ ਜਿਵੇਂ ਨੋਟਬੰਦੀ ਦਾ ਤੁਸੀਂ ਐਲਾਨ ਕਰ ਦਿੰਦੇ ਹੋ ਵੀ ਅੱਜ ਅੱਜ 12 ਵਜੇ ਤੋਂ ਬਾਅਦ ਇਹ ਨੋਟ ਨਹੀਂ ਚੱਲਣਗੇ ਉਹ ਗੱਲ ਹੋਰ ਸੀ 락ਡਾਊਨ ਕਰਨਾ ਜਿਹਦੇ ਵਿੱਚ ਹਿਊਮਨ ਐਲੀਮੈਂਟ ਬਹੁਤ ਜ਼ਿਆਦਾ ਹੈਗਾ ਜੀ ਹਾਂਜੀ ਅਸੀਂ 락ਡਾਊਨ ਕਰ ਦਿੱਤਾ ਇਹਦਾ ਇੰਪੈਕਟ ਕਿੱਥੇ ਤੱਕ ਹੋਊਗਾ ਉਹ ਬੈਠ ਕੇ ਨਾ ਤਾਂ ਸੋਚਿਆ ਔਰ ਨਾ ਹੀ ਸਾਡੀ ਜਿਹੜੀ ਬਿਊਰੋਕ੍ਰੇਸੀ ਜਿਹੜੀ ਹੈਗੀ ਆ ਅਫਸਰशाही ਜਿਹੜੀ ਆ ਉਹ ਇਸ ਦੇ ਵਿੱਚ ਸੋਚਣ ਦੀ ਕੋਈ ਬਾਲੀ ਸક્ષਮ ਹੈਗੀ ਆ ਔਰ ਕਿਉਂਕਿ ਜਿਹੜਾ ਸਿਸਟਮ ਜਿਹੜਾ ਹੈ ਪੋਲਿਟਿਕਲ ਸਿਸਟਮ ਔਰ ਬਿਊਰੋਕ੍ਰੇਸੀ ਦਾ ਜਿਹੜਾ ਟੋਟਲ ਸਿਸਟਮ ਹੈ ਉਹਦੇ ਵਿੱਚ ਗਰਾਸ ਰੂਟਸ ਤੋਂ ਲੋਕੀ ਆਉਣੇ ਬੰਦ ਹੋ ਗਏ ਔਰ ਤੁਸੀਂ ਇਹ ਦੇਖੋ ਪੋਲਿਟਿਕਸ ਦੇ ਵਿੱਚ ਕੋਈ ਤੁਹਾਨੂੰ ਕੋਈ ਗਰਾਸ ਰੂਟ ਤੋਂ ਵੱਧ ਕੇ ਕੋਈ ਜਿਹੜਾ ਗਰੀਬ ਬੰਦਾ ਹੈਗਾ ਕੋਈ ਨਵਾਂ ਤੁਹਾਨੂੰ ਲੀਡਰ ਨਹੀਂ ਨਜ਼ਰ ਆਉਂਦਾ ਜਿਹੜੇ ਅਫਸਰशाही ਚ ਨੇ ਉਹ ਵੀ ਇੱਕ 엘ੀਟ ਕਲਾਸ ਹੀ ਆ ਸੋ 엘ੀਟ ਕਲਾਸ ਨੇ ਜਿਨ੍ਹਾਂ ਨੂੰ ਹਵਾਈ ਜਹਾਜ਼ਾਂ 'ਚ ਲੈ ਕੇ ਆਉਣਾ ਸੀ ਉਹਨਾਂ ਨੂੰ ਤਾਂ ਲਿਆ ਤਾਂ ਉਹਨਾਂ ਨੇ ਪਰ ਜਿਹੜੇ ਲੋਕੀ ਹਵਾਈ ਜਹਾਜ਼ ਅਫੋਰਡ ਨਹੀਂ ਕਰ ਸਕਦੇ ਜਿਹੜੇ ਪੈਦਲ ਨੇ ਜਿਹੜੇ ਜਿਨ੍ਹਾਂ ਨੂੰ ਕਿਸੇ ਇੱਕ ਪੋਲੀਟੀਸ਼ੀਅਨ ਨੇ ਕੈਟਰਲ ਕਲਾਸ ਤੱਕ ਵੀ ਕਿਹਾ ਉਹਨਾਂ ਨੂੰ ਭੇਡਾਂ ਬੱਕਰੀਆਂ ਹੀ ਸਮਝਿਆ ਜਾਂਦਾ ਤੇ ਉਹਨਾਂ ਨੂੰ ਆਪਣੇ ਹੀ ਹਾਲਤੇ ਛੱਡ ਦਿੱਤਾ ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਚੁੱਕਿਆ ਪੰਦੇਰ ਸਾਹਿਬ ਕਿ ਜਿਹੜੇ ਗਰਾਊਂਡ ਤੋਂ ਨਹੀਂ ਆ ਰਹੇ ਗਰਾਸ ਰੂਟ ਤੋਂ ਨਹੀਂ ਆ ਰਹੇ ਇਹ ਸਾਰੇ Google ਤੋਂ ਹੀ ਸਭ ਕੁਝ ਤੈਅ ਹੋ ਰਿਹਾ ਬਿਲਕੁਲ ਜੀ ਬਿਲਕੁਲ ਇਹ ਸਾਰੇ ਦਾ ਸਾਰ ਇਹਨੇ Google ਤੋਂ ਵੀ ਨਹੀਂ ਇਹ ਪਰਿਵਾਰਵਾਦ ਹੈ ਇਹ ਇੱਕ ਪ੍ਰੋਟੈਕਟਿਡ ਜਿਹੜਾ ਹੈਗਾ ਜੀ ਇੰਟਰਸਟ ਡਰਾਈਵਨ ਪੋਲੀਟਿਕਸ ਹੈ ਔਰ ਸਿਰਫ ਭਈ ਉਥੋਂ ਹੀ ਆਉਣੀ ਹੈ ਬਈ ਇੱਕ ਜਿਹੜਾ ਵੈਸਟਰਨ ਇੰਟਰਸਟ ਹੈ ਜਿਹੜਾ ਉਸ ਨੂੰ ਸਰਵ ਕਰੇਗਾ ਪੋਲਿਟਿਕਸ ਉਸੇ ਦੀ ਹੀ ਚੱਲੇਗੀ ਦੂਸਰੀ ਨਹੀਂ ਚੱਲਣ ਦਿੱਤੀ ਬੰਦੇਰ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦੋ ਫਿਰ ਮੈਂ ਬ੍ਰੇਕ ਲੈਣੀ ਹੈ ਜਿਹੜੇ ਪਲਾਨ ਕਰ ਰਹੇ ਆ ਮਜ਼ਦੂਰ ਇਹ ਪੋਲਿਟਿਕਸ ਨਾਲ ਕੋਈ ਕਨੈਕਸ਼ਨ ਹੈਗਾ ਕਿਤੇ ਵੋਟਾਂ ਤਾਂ ਨਹੀਂ ਪੈਣੀਆਂ ਸਰ ਵੀ ਉੱਥੇ ਲੈ ਜਾਓ ਇਹਨਾਂ ਨੂੰ ਨਹੀਂ ਵੋਟਾਂ ਤਾਂ ਇਹਨਾਂ ਕੋਲੋਂ ਪਵਾ ਲੈਂਦੇ ਨੇ ਹਰ ਇੱਕ ਜਗ੍ਹਾ ਦੇ ਉੱਤੇ ਉਹ ਇਹਨਾਂ ਨੂੰ ਉਦੋਂ ਵੀ ਚਾਂਸਾ ਦਿੱਤਾ ਜਾਂਦਾ ਵੀ ਤੁਹਾਡੇ ਹਿਸਾਬ ਦੀ ਸਰਕਾਰ ਬਣਾਈ ਜਾਊਗੀ ਜਦੋਂ ਇਹਨਾਂ ਤੋਂ ਵੋਟਾਂ ਪਾ ਲੈਂਦੇ ਨੇ ਇਹਨਾਂ ਤੋਂ ਇਲਾਵਾ ਹੋਰ ਹਰ ਇੱਕ ਦਾ ਜਿਹੜਾ ਹੈਗਾ ਜੀ ਇੰਟਰਸਟ ਵਾਚ ਕੀਤਾ ਜਾਂਦਾ ਇਹਨਾਂ ਨੂੰ ਹਲੇ ਵੀ ਸਾਡੇ ਮਜ਼ਦੂਰਾਂ ਨੂੰ ਔਰ ਕਿਰਤੀਆਂ ਨੂੰ ਸੋਚਣਾ ਪੈਣਾ ਕਿ ਇਹਨਾਂ ਦੇ ਹਿਸਾਬ ਨਾਲ ਕੰਮ ਕਰਨ ਵਾਲੀ ਸਰਕਾਰ ਕਿਹੜੀ ਆਏਗੀ ਬਹੁਤ ਐਨ ਸਵਾਲ ਹੈ ਜੀ ਇਹ ਅਸੀਂ ਉਸ ਮਹੀਨੇ ਵਿੱਚ ਚਰਚਾ ਕਰਦੇ ਵੀ ਜਿੱਥੇ ਅਸੀਂ ਮਜ਼ਦੂਰ ਦਿਵਸ ਮਨਾਉਨੇ ਆ ਜਿੱਥੇ ਅਸੀਂ ਮਜ਼ਦੂਰਾਂ ਵਾਸਤੇ ਕਹਿੰਨੇ ਉਹਨਾਂ ਦੇ ਹੱਕ ਅਸੀਂ ਰਾਖਵੇਂ ਰੱਖਾਂਗੇ ਜਿਨ੍ਹਾਂ ਵਾਸਤੇ ਕਹਿੰਨੇ ਅਸੀਂ 8 ਘੰਟੇ ਦਾ ਕੰਮ ਹੈ ਜਿਹੜਾ ਉਹ ਤੈਅ ਕੀਤਾ ਜਾਵੇਗਾ ਇਹਨਾਂ ਦਾ ਸ਼ੋਸ਼ਣ ਨਹੀਂ ਕੀਤਾ ਜਾਵੇਗਾ ਅਸੀਂ ਉਸ ਮਹੀਨੇ ਦੇ ਵਿੱਚ ਮਜ਼ਦੂਰਾਂ ਤੇ ਚਰਚਾ ਕਰ ਰਹੇ ਹਾਂ ਤੇ ਚਰਚਾ ਵੀ ਉਹ ਲੋਕ ਕਰਦੇ ਪਏ ਆ ਜਿਹੜੇ ਲੋਕ ਆ ਜਿਹੜੇ ਮਜ਼ਦੂਰਾਂ ਦੀ ਗਰਾਸ ਰੂਟ ਤੇ ਦਿੱਕਤਾਂ ਜੜੀਆਂ ਮੁਸ਼ਕਲਾਂ ਗਰਾਊਂਡ ਤੇ ਉਹਨਾਂ ਨੂੰ ਨਹੀਂ ਸਮੇਂ ਤੇ ਉਹ ਫੈਸਲੇ ਉੱਥੇ ਬੈਠ ਕੇ ਕਰਦੇ ਆ ਜਿੱਥੇ ਸਿਰਫ ਏਸੀ ਚੱਲਦੇ ਆ ਠੰਡੀ ਹਵਾ ਹੁੰਦੀ ਹੈ ਇਹਨਾਂ ਨੂੰ ਨਹੀਂ ਪਤਾ ਮਜ਼ਦੂਰ ਆਪਦਾ ਪਸੀਨਾ ਕਿੰਦੇ ਨਾਲ ਪੂੰਝਦਾ ਹੈਗਾ ਤੇ ਮਜ਼ਦੂਰ ਲਈ 마ਸਕ ਤੇ ਸੈਨੀਟਾਈਜ਼ਰ ਦਾ ਮਤਲਬ ਹੁੰਦਾ ਕੀ ਅਬ ਇੱਕ ਦੋ ਵਾਪਸ ਆ ਰਹੇ ਆ ਇੱਕ ਵਾਰ ਫੇਰ ਤੁਹਾਡਾ ਸਵਾਦ ਕਰਦੇ ਆਂ ਦੇਸ਼ ਦਾ ਮਜ਼ਦੂਰ ਕਿਸ ਨੇ ਕੀਤਾ ਮਜ਼ਬੂਰ ਅਸੀਂ ਸਵਾਲ ਇੱਕੋ ਹੀ ਪੁੱਛਦੇ ਪਏ ਆ ਸਵਾਲ ਅਸੀਂ ਇਹ ਪੁੱਛਦੇ ਪਏ ਆ ਭਾਰਤ ਵਿੱਚ ਮਜ਼ਦੂਰਾਂ ਦੇ ਹਾਲਾਤ ਤੇ ਜਮਹੂਰੀਅਤ ਦੇ ਚਾਰੇ ਥੰਮ ਕਿੰਨੇ ਸੁਵਿਧਾਸ਼ੀਲ ਹੈ ਰਸਮਜੀਤ ਸਿੰਘ ਮੈਂ ਥੋੜਾ ਜਿਹਾ ਪੰਜਾਬ ਤੇ ਇਸ ਨੂੰ ਕੇਂਦਰਿਤ ਕਰਨਾ ਚਾਹਾਂਗਾ ਪੰਜਾਬ ਦੇ ਵਿੱਚ ਸਾਡੀ ਸਿਆਸਤ ਨੇ ਸਾਡੇ ਮੁੱਖ ਮੰਤਰੀ ਨੇ ਇਹ ਗੱਲ ਵਾਰ-ਵਾਰ ਕਹੀ ਕਿ ਅਸੀਂ ਪੂਰਾ ਬੰਦੋਬਸਤ ਕੀਤਾ ਇਹਨਾਂ ਦਾ ਇੱਥੋਂ ਮਜ਼ਦੂਰਾਂ ਨੂੰ ਨਹੀਂ ਜਾਣ ਦਿੱਤਾ ਗਿਆ ਇੱਥੋਂ ਪਲਾਨ ਨਹੀਂ ਕਰਨ ਦਿੱਤਾ ਗਿਆ ਉਸ ਦੇ ਬਾਵਜੂਦ ਸਾਡੇ ਕੋਲੇ ਕੁਝ ਖਬਰਾਂ ਆਉਂਦੀਆਂ ਪ੍ਰਸਮ ਜੀ ਸਿੰਘ ਜਿਹੜੇ ਇੱਥੋਂ ਪੈਦਲ ਤੁਰਦੇ ਹੋਏ ਸਾਨੂੰ ਦਿਖਾਈ ਦਿੰਦੇ ਆ ਤੇ ਪੰਜਾਬ ਦੇ ਵਿੱਚ ਜਦੋਂ ਇਹੋ ਜਿਹੇ ਹਾਲਾਤ ਹੋਣ ਤਾਂ ਫਿਰ ਸਮਝਿਆ ਜਾ ਸਕਦਾ ਸਰ ਜਦੋਂ ਉਹਨਾਂ ਕੋਲੇ ਰਾਸ਼ਨ ਨਾ ਪਹੁੰਚੇ ਫਿਰ ਸਵਾਲ ਸਰ ਕਿਨੂੰ ਕੀਤਾ ਜਾਏ ਪ੍ਰਸਮ ਜੀ ਸਿੰਘ ਪੰਜਾਬ ਬਾਰੇ ਇਹ ਗੱਲ ਕਹੀ ਜਾਂਦੀ ਹੈ ਪੰਜਾਬੀਆਂ ਬਾਰੇ ਗੱਲ ਕਹੀ ਜਾਂਦੀ ਹੈ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ ਕਿਸੇ ਨੂੰ ਭੁੱਖਾ ਜਾ ਨਹੀਂ ਦਿੰਦੇ ਪ੍ਰਸਮ ਜੀ ਸਿੰਘ ਦੇਖੋ ਰਾਮਬਲਾ ਸਪਾਸਮਾ ਦਾ ਅੱਜ ਬਿਆਨ ਆਇਆ ਕਿ ਕਹਿੰਦੇ ਅਸੀਂ ਜਿਹੜਾ ਰਾਸ਼ਨ ਪਹਚਾਉਣਾ ਸੀਗਾ ਉਹਦੀ ਡਿਸਟ੍ਰੀਬਿਊਸ਼ਨ ਜਾ ਉਹਨੂੰ ਰਿਲੀਜ਼ ਕਰਨ ਦੇ ਆਰਡਰ ਜਿਹੜੇ ਸੀ ਉਹ ਦੇਰ ਹੋ ਗਏ ਇੰਨਾ ਜਾਨੀ ਇੱਕ ਕਿਸਮ ਦਾ ਕਿੰਨਾ ਕੀ ਕੀ ਕਿ ਇਹ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਤੁਸੀਂ ਬੇਕਿਰਕਾ ਬਿਆਨ ਦਿੰਨੇ ਆ ਜਾਂ ਤੁਸੀਂ ਆਜ ਵਿੱਚ ਜਿਹੜੀ ਸੰਵੇਦਨਸ਼ੀਲਤਾ ਹਿੰ ਬਿਲਕੁਲ ਹੀਣਾ ਬਿਆਨ ਦਿੰਨੇ ਆ ਇਹ ਤੁਸੀਂ ਇੱਕ ਬੰਦੇ ਭੁੱਖੇ ਮਾਰ ਰਿਹਾ ਤੇ ਤੁਹਾਨੂੰ ਕਾਗਜ਼ ਨਹੀਂ ਸੀ ਪੂਰੇ ਹੋਰੇ ਉਹਨਾਂ ਨੇ ਉਹਨਾਂ ਨੇ ਕੀ ਤਰਕ ਦਿੱਤਾ ਕਹਿੰਦੇ ਜੀ ਸਾਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਅਸੀਂ ਰਾਸ਼ਨ ਤੇ ਦੇਣਾ ਹੈ ਅਸਲ 'ਚ ਗਰੀਬ ਉੱਥੇ ਜਿਹੜੇ ਬਿਨਾਂ ਕਾਗਜ਼ਾਂ ਵਾਲੇ ਹੈ ਕਿ ਨਹੀਂ ਇੱਕ ਮਹੀਨਾ ਸੀ ਉਹਨਾਂ ਦੇ ਅੰਕੜੇ ਇਕੱਠੇ ਕਰਨ ਤੇ ਲਾਤੇ ਫਿਰ ਜਦੋਂ ਸਾਨੂੰ ਪਤਾ ਲੱਗਾ ਕਿ ਅੰਕੜੇ ਇਕੱਠੇ ਨਹੀਂ ਹੋ ਰਹੇ ਸਟੇਟਾਂ ਤੋਂ ਮੈਂ ਤੁਹਾਨੂੰ ਗਰਾਊਂਡ ਦੀ ਗੱਲ ਦੱਸਦਾ ਪ੍ਰੈਸ ਮਜੀਦ ਸਿੰਘ ਪੰਦੇਰ ਸਾਹਿਬ ਨੇ ਇੱਕ ਗਰਾਊਂਡ ਵਾਲਾ ਸਵਾਲ ਕੀਤਾ ਸੀ ਮੈਂ ਤੁਹਾਨੂੰ ਗਰਾਊਂਡ ਦੀ ਗੱਲ ਦੱਸਦਾ ਪੰਜਾਬ 'ਚ ਕਈ ਥਾਵਾਂ ਤੇ ਜਿੱਥੇ ਮੈਂ ਗਰਾਊਂਡ ਰਿਪੋਰਟ ਦੇਖੀ ਹੈ ਮੈਂ ਉਹਦੀ ਗ ਉੱਥੇ ਅੰਕੜੇ ਇਕੱਠੇ ਕਰਵਾ ਰਿਆ ਪ੍ਰਸ਼ਾਸਨ ਜਿਹੜੇ ਮਿਊਨਿਸਪਲ ਕਾਉਂਸਲਰ ਆ ਉਹਨਾਂ ਨੂੰ ਲਾਇਆ ਜਾਂਦਾ ਜਾਂ ਜਿਹੜੇ ਹੋਰ ਉੱਥੇ ਪ੍ਰਧਾਨ ਹੈਗੇ ਆ ਡਬਲਯੂਏਏ ਉਹਨਾਂ ਨੂੰ ਕਰਕੇ ਉਹਨਾਂ ਨੂੰ ਲਾਇਆ ਜਾ ਰਿਹਾ ਉਸ ਤੋਂ ਬਾਅਦ ਅੰਕੜੇ ਇਕੱਠੇ ਕਰਕੇ ਜਦੋਂ ਰਾਸ਼ਨ ਮੰਡਨਾ ਸਰਪ੍ਰਸਤ ਮਜੀਤ ਸਿੰਘ ਉਦੋਂ ਸੱਤਾਧਿਰ ਦੇ ਜਿਹੜੇ ਕਾਉਂਸਲਰ ਹੈ ਉਹਨਾਂ ਨੂੰ ਜਾਂ 70 ਜਿਹੜੇ ਨੇੜੇ ਆ ਉਹਨਾਂ ਲੋਕਾਂ ਨੂੰ ਅੱਗੇ ਲਾ ਕੇ ਉੱਥੇ ਕਨਫਲਿਕਟ ਆ ਸਰ ਸੋਸ਼ਲ ਮੀਡੀਆ ਤੇ ਪੜ ਵੀ ਲਿਓ ਚਿੱਠੀਆਂ ਮੇਰੇ ਤੋਂ ਵੀ ਲੈ ਲਿਓ ਉੱਥੇ ਪਈਆਂ ਐਸ ਡੀ ਐਮ ਨੂੰ ਡੀ ਸੀ ਨੂੰ ਚਿੱਠੀਆਂ ਲਿਖੀਆਂ ਕਿ ਰਾਸ਼ਨ ਨੂੰ ਫਿਰ ਉਹਨਾਂ ਤੋਂ ਵੰਡਵਾ ਲਓ ਸਰ ਇਹੋ ਤੇ ਇਹੋ ਜੀ ਤਾਂ ਸਿਆਸਤ ਕਰ ਰਹੇ ਆ ਅਸੀਂ ਲੋਕ ਲੁਧਿਆਣੇ ਦੀ ਸਾਰੇ ਲੁਧਿਆਣੇ ਦੇ ਸਾਰੇ ਹਾਲਾਤ ਤੁਹਾਨੂੰ ਪਤਾ ਪ੍ਰਸਨਜੀਤ ਸਿੰਘ ਉੱਥੇ ਕੀ ਕੁਝ ਹੋਇਆ ਬਿਲਕੁਲ ਮੈਂ ਮੈਂ ਤੇ ਖੁਦ ਇਸ ਗੱਲ ਨੂੰ ਮੰਨ ਰਿਹਾ ਆ ਕਿ ਜੇ ਅਸੀਂ ਉਹਨਾਂ ਨੂੰ ਰਾਸ਼ਨ ਪਹੁੰਚਾਉਂਦੇ ਰਹਿੰਦੇ ਔਰ ਇਸ ਗੱਲ ਦਾ ਭਰੋਸਾ ਵਰਕਰ ਨੂੰ ਮਜ਼ਦੂਰਾਂ ਨੂੰ ਦਿੰਦੇ ਰਹਿੰਦੇ ਕਿ ਕੱਲ ਨੂੰ ਫੈਕਟਰੀਆਂ ਖੁੱਲਣੀਆਂ ਤੁਸੀਂ ਨਾ ਜਾਓ ਤੇ ਆ ਥੋੜਾ ਬਹੁਤ ਲੂਣ ਤੇਲ ਦੀ ਪੈਸੇ ਵੀ ਲੈ ਲਓ ਬਹੁਤਾ ਨਹੀਂ ਹਜ਼ਾਰ-ਹਜ਼ਾਰ ਰੁਪਈਆ ਹੀ ਸਰ ਅਗਲਾ ਵੀ ਸੁਣ ਲਓ ਪ੍ਰੈਸਰ ਮਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਅਸੀਂ ਤਾਂ ਇੰਡਸਟਰੀ ਵਾਲਿਆਂ ਨੂੰ ਕਿਹਾ ਸੀ ਫੈਕਟਰੀਆਂ ਵਾਲਿਆਂ ਨੂੰ ਕਿਹਾ ਸੀ ਉਹਨੂੰ ਰੱਖ ਲਓ ਉਹਨਾਂ ਨੇ ਰੱਖਿਆ ਨਹੀਂ ਅਸੀਂ ਕੀ ਕਰੀਏ ਤੇ ਫੈਕਟਰੀ ਵਾਲੇ ਪਤਾ ਕੋਈ ਕਹਿੰਦੇ ਸਰ ਸੁਣ ਲਓ ਪੂਰਾ ਸਰਪ੍ਰੈਸਰ ਮਜੀਤ ਸਿੰਘ ਸੁਣ ਲਓ ਫੈਕਟਰੀ ਵਾਲੇ ਕਹਿੰਦੇ ਆ ਅਸੀਂ ਇੱਥੇ ਸਨ ਚਲੋਣੀ ਹੈ ਜਾਂ ਸਰਾ ਚਲੋਣੀ ਹੈ ਸਾਡੇ ਕੋਈ ਨਹੀਂ ਜਗ੍ਹਾ ਨਹੀਂ ਹੈਗੀ ਜਵ ਮੈਂ ਜਿਹੜਾ ਮਲੇਰ ਕੋਟਲੇ ਦੇ ਅੰਦਰ ਰੱਖੇ ਉਹਨਾਂ ਨੇ 11-1200 ਮਜ਼ਦੂਰ ਅੰਦਰ ਹੀ ਰੱਖੇ ਕੰਮ ਵੀ ਲੈਂਦੇ ਰਹੇ ਜਿੱਦਣ ਉਹਨਾਂ ਨੇ ਕੰਮ ਮੰਡਿਆ ਕੀਤਾ ਤੇ ਉਹਨਾਂ ਦੇ ਪਤਾ ਨਹੀਂ ਕਿਹੜੇ ਕਿਹੜੇ ਦਿਨ ਕੱਟ ਕੇ ਉਹਨਾਂ ਨੂੰ ਤਨਖਾਹ ਦਿੱਤੀ ਉਹਨਾਂ ਨੇ ਡੰਡੇ ਚੱਕੀਆਂ ਰੌਡਾਂ ਚੱਕੀਆਂ ਤੇ ਉੱਥੇ ਪੂਰਾ ਸਿਆਪਾ ਹੋਇਆ ਮਗਰੋਂ 400 ਮਜ਼ਦੂਰਾਂ ਤੇ ਮਲੇਰ ਗੇਟ ਮਲੇਰ ਕੋਟਲੇ ਦੀ ਉਸਵਾਲ ਦੀ ਮਿਲ ਲੱਗੀ ਆ ਇਹ ਤੇ ਹਾਲਤ ਬਣੀ ਆ ਮਗਰੋਂ 400 ਬੰਦਿਆਂ ਤੇ ਕੇਸ ਕਰ ਦਿੱਤਾ ਉਹਨਾਂ ਨੇ ਕਿ ਇਹਨਾਂ ਨੇ ਕਰਫਿਊ ਤੋੜਿਆ ਆ ਇਸ ਕਰਕੇ ਇਹ ਜਿਹੜੀਆਂ ਗੱਲਾਂ ਮਾਰਦੇ ਫਿਰਦੇ ਆ ਨਾ ਕਿ ਕਾਰਪੋਰੇਟ ਜਾਂ ਹੋਰ ਜਿਹੜੇ ਜਿਆਦਾ ਵਰਕਰ ਆ ਲੁਧਿਆਣੇ ਵਾਲੀ ਸਨਤ ਦੇ ਵਿੱਚ ਇਹ ਸਮਾਲਕੇਲ ਇੰਡਸਟਰੀ ਦੀ ਹੱਬ ਮੰਨੀ ਜਾਂਦੀ ਆ ਉੱਥੇ ਸਮਾਲਕੇਲ ਇੰਡਸਟਰੀ ਤੇ ਆਪ ਮਰੇ ਪਏ ਆ ਉਹਨਾਂ ਕੋਲ ਤੇ ਆਪ ਰੋਟੀ ਪਾਣੀ ਖਾਣ ਲਈ ਨਹੀਂ ਹਾਲਤੇ ਬਣੇ 5 ਲੱਖ ਕਰੋੜ ਰੁਪਇਆ ਇਹ ਸਰਕਾਰ ਨੇ ਉਹਨਾਂ ਦਾ ਦੇਣਾ ਆ ਜਿਹੜਾ ਉਹਨਾਂ ਨੇ ਉਹਨਾਂ ਨੂੰ ਸਾਰਾ ਰੈਵਨਿਊ ਗਿਆ ਜਾਂ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਇਹ ਕਹਿ ਰਿਹਾ ਕਿ 3.6 ਲੱਖ ਕਰੋੜ ਰੁਪਇਆ ਸੀ ਇਹਨਾਂ ਨੂੰ ਲੋਨ ਦੇਣਾ ਤੁਸੀਂ ਉਹਨਾਂ ਦਾ ਪੈਸਾ ਤੇ ਉਹਨਾਂ ਨੂੰ ਦੇ ਦਿਓ ਨਾ ਕਿਸਾਨਾਂ ਦਾ ਪੈਸਾ ਦਿੰਦੀ ਸਰਕਾਰ ਨਾ ਇਹ ਇਹਨਾਂ ਦੇ ਜਿਹੜੇ ਕਾਰੋਬਾਰੀ ਉਹਨਾਂ ਦਾ ਜਿਹੜਾ ਬਣਦਾ ਪੈਸਾ ਉਹ ਨਹੀਂ ਵਾਪਸ ਕਰਦੇ ਸਰ ਤੁਸੀਂ ਐਮ ਐਸ ਐਮ ای ਦੀ ਗੱਲ ਕਰ ਰਹੇ ਹੋ ਸਰ ਪਹਿਲੇ ਦਿਨ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀਗੀ ਪ੍ਰਸੰਜੀ ਜੀ ਜੀ ਮੈਂ ਤੁਹਾਡਾ ਸਵਾਲ ਨੂੰ ਅੱਗੇ ਬਤਾ ਰਿਹਾ ਐਮ ਐਸ ਐਮ ای ਸੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਮੇਰਾ ਸਵਾਲ ਤੇ ਹੈ ਮਜ਼ਦੂਰ ਦੀ ਜੇ ਵਿੱਚ ਕੀ ਗਿਆ ਮੈਂ ਬਿਲਕੁਲ ਇਹ ਇਸ ਕਰਕੇ ਮੇਰਾ ਮੇਰਾ ਇਹ ਨਹੀਂ ਕਹਿਣਾ ਹੈ ਕਿ ਜਿਹੜੇ ਬੰਦੇ ਆਪ ਨਹੀਂ ਆਪਣੇ ਆਪ ਨੂੰ ਸੰਭਾਲ ਪਾਰੇ ਪੈਰਾਂ ਤੇ ਜੀ ਭੁੱਖੇ ਮਰ ਰਹੇ ਆ ਉਹਨਾਂ ਜਿਹੜੇ ਛੋਟੇ ਕਾਰੋਬਾਰੀ ਆ ਉਹ ਉਹਨਾਂ ਨੂੰ ਤੁਸੀਂ ਇਹ ਉਮੀਦ ਲਾ ਕੇ ਰੱਖੋ ਕਿ ਉਹ ਮਜ਼ਦੂਰਾਂ ਦਾ ਗਾਂ ਦੇਖਣਗੇ ਮਿਲਣ ਵਾਲੇ ਦੀ ਤੁਹਾਨੂੰ ਮੈਂ ਗੱਲ ਦੱਸ ਹੀ ਦਿੱਤੀ ਜਿਹੜੀਆਂ ਵੱਡੀਆਂ ਮਿਲਣ ਵਾਲੇ ਆ ਉਹ ਕਹਿੰਦੇ ਹੀਰੋ ਦੀ ਸਾਫਾਈ ਸੀ ਗੱਲ ਉਹ ਕਹਿੰਦੇ ਸਾਡੇ ਤੇ ਪਹਿਲਾਂ ਹੀ ਸਾਈਕਲ ਬਣੇ ਜੱਕ ਨਹੀਂ ਰਹੇ ਅਸੀਂ ਇਹਨਾਂ ਨੂੰ ਲਿਆ ਕੇ ਕੀ ਕਰੀਏ ਜਿਹੜੀ ਵੀ ਚੀਜ਼ ਜਦ ਤੱਕ ਪੂਰਾ ਸਾਈਕਲ ਨਹੀਂ ਚੱਲੂਗਾ ਪਿੱਛੋਂ ਰॉ ਮਟੀਰੀਅਲ ਨਹੀਂ ਆਊਗਾ ਅੱਗੇ ਜਿਹੜਾ ਉਹਨਾਂ ਦਾ ਬਣਿਆ ਮਾਲ बिकੂਗਾ ਨਹੀਂ ਉਹ ਇਹਨਾਂ ਨੂੰ ਰੱਖ ਕੇ ਉਹਨਾਂ ਨੇ ਬਿਲਕੁਲ ਇਹ ਗੱਲ ਠੀਕ ਤੇ ਹੀ ਉਹਨਾਂ ਨੇ ਉਹ ਮਾਲ ਹੋਰ ਬਣਾ ਕੇ ਕਿੱਥੇ ਰੱਖਣਗੇ ਕਿਹਨੂੰ ਕਿਹਨੂੰ ਦੇਣਗੇ ਇੱਕ ਗੱਲ ਮੈਂ ਇੱਥੇ ਤੁਹਾਡੀ ਜਿਹੜੀ ਮਨਚ ਨਹੀਂ ਆ ਰਹੀ ਮੈਂ ਜ਼ਰੂਰੀ ਗੱਲ ਜਿਹੜੀ ਕਰਨੀ ਚਾਹੁੰਦਾ ਬਾਰ-ਬਾਰ ਇੱਕੋ ਲਾਈਨ ਵੀ ਕਰੂੰਗਾ ਉਹ ਇਹ ਹੈ ਕਿ ਚਾਹੀਦਾ ਇਹ ਸੀ ਕਿ ਇੱਕਦਮ 7 ਦਿਨਾਂ ਦੇ ਅੰਦਰ ਅੰਦਰ ਭਾਵੇਂ ਟੀਚਰਾਂ ਨੂੰ ਲਾਉਂਦੇ ਭਾਵੇਂ ਆਸ਼ਾ ਵਰਕਰਾਂ ਨੂੰ ਲਾਉਂਦੇ ਭਾਵੇਂ ਮੈਡ ਦੇ ਬੀਲ ਵਰਕਰਾਂ ਨੂੰ ਕਿਸੇ ਨੂੰ ਲਾਉਂਦੇ 7 ਦਿਨਾਂ ਦੇ ਅੰਦਰ ਕੈਮਰਿਆਂ ਦੇ ਨਾਲ ਫੋਟੋਆਂ ਲੈ ਕੇ ਘਰੋ ਘਰੀ ਸਰਵੇ ਕਰਕੇ ਰੈਡੀ ਲਿਸਟ ਤਿਆਰ ਕਰ ਦਿੰਦੇ ਕਿ ਇੱਥੇ ਆਹ ਬੰਦੇ ਰਹਿ ਰਹੇ ਆ ਆ ਇਹਨਾਂ ਦੇ ਨਾਂ ਆ ਆ ਇਹਨਾਂ ਦੀਆਂ ਲਿਸਟਾਂ ਆਉਣ ਵਾਲੇ 6 ਮਹੀਨੇ ਜਾਂ ਸਾਲ ਇਹੀ ਇਹਨਾਂ ਦਾ ਪਰੂਫ ਹੋਊਗਾ ਇਹਨਾਂ ਸਾਰਿਆਂ ਨੂੰ ਖਾਣਾ ਦਿਓ ਸਾਰਿਆਂ ਨੂੰ ਪੈਸੇ ਦਿਓ ਠੀਕ ਠੀਕ ਹੈ ਸਰ ਕੋਈ ਲੋੜ ਹੀ ਨਹੀਂ ਸੀ ਕਿਸੇ ਕਾਗਜ਼ ਪੱਤਰ ਦੀ ਠੀਕ ਠੀਕ ਹੈ ਸਰ ਇਹਨਾਂ ਕੁਝ ਮਦਦ ਕਰਨੀ ਹੁੰਦੀ ਤੇ ਇਹ ਇੱਕ ਬੜਾ ਵਧੀਆ ਤਰੀਕਾ ਸੀ ਬਹੁਤ ਬਹੁਤ ਵੈਲਟ ਪੁਆਇੰਟ ਹੈ ਸਰ ਬਹੁਤ ਬਹੁਤ ਵੈਲਟ ਪੁਆਇੰਟ ਹੈ ਪੰਦੇਰ ਸਾਹਿਬ ਮੇਰਾ ਸਵਾਲ ਇਹ ਹੈ ਸਰ ਕਿ ਸੂਬਾ ਸਰਕਾਰਾਂ ਕੋਲੇ ਆਂਕੜੇ ਪਹਿਲਾਂ ਨਹੀਂ ਹੁੰਦੇ ਕਿ ਉਹਨਾਂ ਕੋਲੇ ਕਿੰਨੇ ਮਜ਼ਦੂਰ ਉਹਨਾਂ ਦੀ ਫੈਕਟਰੀਆਂ 'ਚ ਕੰਮ ਕਰ ਰਹੇ ਆ ਉਹਨਾਂ ਦੇ ਬਕਾਇਦਾ ਰਿਕਾਰਡ ਦੇ ਵਿੱਚ ਦਰਜ ਹੁੰਦਾ ਜਿਹੜਾ ਸਾਡਾ ਇੱਥੇ ਮਹਿਕਮਾ ਬਣਿਆ ਹੋਇਆ ਉਹਦੇ ਵਿੱਚ ਸਭ ਕੁਝ ਉਹਨਾਂ ਕੋਲ ਰਿਕਾਰ ਦੂਜਾ ਸਵਾਲ ਇਹ ਸਾਡੇ ਸੂਬੇ ਦੇ ਮੁੱਖ ਮੰਤਰੀ ਖੁਦ ਇਹ ਦਾਵਾ ਕਰਦੇ ਆ ਕਿ 3 3.5 ਲੱਖ ਜਿਹੜਾ ਕਰੋੜ ਮਜ਼ਦੂਰ ਅਤੇ ਲੱਖ ਜਿਹੜਾ ਮਜ਼ਦੂਰ ਹੈ 3 3.5 ਲੱਖ ਮਜ਼ਦੂਰ ਉਹ ਸਾਡੇ ਕੋਲ ਬਚੂਗਾ ਬਾਕੀ ਜਾ ਰਿਹਾ ਇਹ ਕੈਪਟਨ ਮਰਿੰਦ ਸਿੰਘ ਦਾ ਬਿਆਨ ਆ ਪੰਦੇਰ ਸਾਹਿਬ ਤੁਸੀਂ ਵੀ ਸੁਣਿਆ ਹੋਊਗਾ ਜੇ ਉਹਨਾਂ ਕੋਲ ਇਹ ਸਾਰੇ ਅੰਕੜੇ ਹੈਗੇ ਆ ਫਿਰ ਮੇਰਾ ਸਵਾਲ ਇਹ ਆ ਸਰ ਕਿ ਉਹਨਾਂ ਤੱਕ ਰਾਸ਼ਨ ਪਹੁੰਚੋਂ ਦੇ ਵਿੱਚ ਦੇਰੀ ਕਾਦੀ ਸੀ ਫਿਰ ਇਹ ਟੋਟਲ ਮਿਸਮੈਚ ਜਿਹੜਾ ਹੈ ਔਰ ਇੱਕ ਪ੍ਰਾਇੋਰਟੀਜ਼ ਦੇ ਉੱਤੇ ਰੌਲਾ ਪਾਉਂਦਾ ਵਾ ਇੱਕ ਜਿਹੜਾ ਹਿੰਦੁਸਤਾਨ ਦੇ ਵਿੱਚ ਬੜੀ ਦੇਰ ਤੋਂ ਅਸੀਂ ਰੌਲਾ ਪਾਉਂਦੇ ਆ ਰਹੇ ਹਾਂ ਈਵਨ ਸਾਡੇ ਜਿਹੜੇ ਇਕਨੋਮਿਸਟ ਨੇ ਉਹ ਵੀ ਕਹਿੰਦੇ ਆ ਜਿਹੜੀ ਹਿੰਦੁਸਤਾਨ ਦੀ ਜਿਹੜਾ ਟੋਟਲ ਢਾਂਚਾ ਵਾ ਉਹ ਅਨਾਰਗਨਾਈਜ਼ ਸੈਕਟਰ ਦੇ ਉੱਤੇ ਨਿਰਭਰ ਕਰਦਾ ਸੋ ਉਸ ਅਨਾਰਗਨਾਈਜ਼ ਸੈਕਟਰ ਦੇ ਵਿੱਚ ਕੀ ਕੁਝ ਹੈਗਾ ਉਹ ਸਾਨੂੰ ਨਹੀਂ ਪਤਾ ਲੱਗਦਾ ਸਪੈਸ਼ਲੀ ਜਿਹੜਾ ਫਾਰਮ ਲੇਬਰ ਹੈ ਉਹਦੇ ਵਿੱਚ ਕਿੰਨੇ ਲੋਕ ਹੀ ਆਏ ਕਿੰਨੇ ਲੋਕ ਹੀ ਚਲੇ ਗਏ ਉਹਦਾ ਨਹੀਂ ਪਤਾ ਲੱਗਦਾ ਇਹ ਅੰਕੜੇ ਜਿਹੜੇ ਇਕੱਠੇ ਕਰਨ ਦਾ ਸਾਡਾ ਸਿਸਟਮ ਹੈ ਨਹੀਂਗਾ ਅਸੀਂ ਕਦੇ ਬਣਾਇਆ ਹੀ ਨਹੀਂ ਤੇ ਕਦੇ ਇਹਦੀ ਜ਼ਰੂਰਤ ਵੀ ਨਹੀਂ ਸਮਝੀ ਤੁਸੀਂ ਕਿਸੇ ਲੈਵਲ ਦੇ ਉੱਤੇ ਚਲੇ ਜਾਓ ਅਸੀਂ ਇਸ ਕੰਮ ਦੇ ਵਿੱਚ ਹੁਣ ਜਿਹੜਾ ਆਧਾਰ ਕਾਰਡ ਜਿਹੜਾ ਹੈ ਉਹ ਆਧਾਰ ਕਾਰਡ ਦੀਆਂ ਲਿੰਕੇਜਸ ਹੋਣੀਆਂ ਚਾਹੀਦੀਆਂ ਸੀ ਜੇ ਬਣਾਇਆ ਸੀ ਉਹ ਉਹਦੇ ਤੇ ਰੋਲਾ ਪਾਈ ਜਾ ਰਿਹਾ ਵੀ ਇਹ ਕਿੱਥੇ ਤੱਕ ਚਲੇਗਾ ਬਾਕੀ ਕੇ ਪੀਜੀ ਮੈਂ ਵਾਪਸ ਜਿਹੜਾ ਬੇਸਿਕ ਮੁੱਦੇ ਤੇ ਆਉਣਾ ਚਾਹੁੰਦਾ ਉਹ ਇਹ ਆ ਕਿ ਦੇਖੋ ਸਾਡੇ ਜਿਹੜੇ ਪੰਜਾਬੀ ਆ ਜਾਂ ਹਿੰਦੁਸਤਾਨੀ ਨੇ ਉਹ ਅਮਰੀਕਾ ਦੇ ਵਿੱਚ ਵੀ ਗਏ ਹੋਏ ਆ ਉੱਥੇ ਵੀ ਉਹ ਮਜ਼ਦੂਰੀ ਹੀ ਕਰਦੇ ਨੇ ਚਾਹੇ ਥੋੜੀ ਜਿਹੀ ਉੱਪਰ ਲੈਵਲ ਦੀ ਆ ਉਹ ਨੌਕਰੀਆਂ ਹੀ ਕਰਦੇ ਨੇ ਉੱਥੋਂ ਤਾਂ ਨਹੀਂ ਲੋਕੀ ਭੱਜ ਕੇ ਆਏ ਉਥੇ ਇੰਨੀ ਮਹਾਮਾਰੀ ਦਾ ਅਸਰ ਆ ਕਿ ਇੰਨਾ ਬੁਰਾ ਹਾਲ ਆ ਲੋਕੀ ਉਥੇ ਮਰ ਰਹੇ ਆ ਧੜਾ ਧੜ ਮਰ ਰਹੇ ਆ ਨਿਊਯਾਰਕ ਚ ਮਰ ਰਹੇ ਆ ਨਿਊਯਾਰਕ ਦੇ ਵਿੱਚ ਸਾਡੇ ਪੰਜਾਬੀ ਬਹੁਤ ਨੇ ਕਿੰਨੇ ਕੁ ਵਾਪਸ ਆ ਗਏ ਹਿੰਦੁਸਤਾਨ ਦੇ ਵਿੱਚ ਮਜ਼ਦੂਰ ਕਿਉਂ ਜਾ ਰਹੇ ਸਰ ਇਹਨਾਂ ਕੋਲੇ ਅੰਕੜੇ ਨਹੀਂ ਹੈਗੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਇਹਨਾਂ ਕੋਲੇ ਰਿਸਟ ਜਿਹੜੀ ਰਜਿਸਟ੍ਰੇਸ਼ਨ ਖੋਲੀ ਸੀ ਨਾ ਸਰ ਜਿਹੜੀ ਪੰਦੇਸਰ ਰਜਿਸਟ੍ਰੇਸ਼ਨ ਖੋਲੀ ਸੀ ਉਥੋਂ ਕਿਸੇ ਨੇ ਵਾਪਸ ਹੋਣਾ ਬਾਹਰਲੇ ਮੁਲਕਾਂ ਚੋਂ ਸਰ ਅਮਰੀਕਾ ਜਿੱਥੇ ਸਭ ਤੋਂ ਜ਼ਿਆਦਾ ਅਸਰ ਆ ਜਿੰਦਾ ਨਿਊਯਾਰਕ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਉਥੋਂ ਉਥੋਂ ਦੇ ਅੰਕੜੇ ਬਿਲਕੁਲ ਉਹ ਮਹਾਮਾਰੀ ਚ ਵੀ ਰਹਿਣਾ ਚਾਹੁੰਦੇ ਨੇ ਇੱਥੇ ਮਹਾਮਾਰੀ ਹੋਈ ਨਹੀਂ ਜਿੰਨੀ ਜਿੰਨੇ ਅਮਰੀਕਾ ਚ ਲੋਕੀ ਮਰ ਗਏ ਉਹਨੇ ਤਾਂ ਸਾਡੇ ਟੋਟਲ ਜਿਹੜਾ ਪੋਜ਼ਿਟਿਵ ਵੀ ਨਹੀਂ ਆਇਆ ਸਿੰਪਟੋਮੈਟਿਕ ਤਾਂ ਦੂਰ ਦੀ ਗੱਲ ਆ ਸਾਡੇ ਤਾਂ ਪੋਜ਼ਿਟਿਵ ਵੀ ਨਹੀਂ ਹੋਨੇ ਹੋਏ ਤਾਂ ਪਰ ਫੇਰ ਵੀ ਇੰਨਾ ਜ਼ਿਆਦਾ ਜਿਹੜਾ ਹੈਗਾ ਇੱਕ ਪੈਨਿਕ ਕ੍ਰੀਏਟ ਕੀਤਾ ਗਿਆ ਉਹ ਗੱਲ ਇਹ ਹੈ ਜੀ ਬੇਸਿਕਲੀ ਕਿ ਇੱਕ ਡਾਈਸੈਂਟ ਦੀ ਵੌਇਸ ਜਾਂ ਜਿਹੜੀ ਹੈਗੀ ਆ ਡਿਸਕੰਟੈਂਟ ਦੀ ਵੌਇਸ ਜਿਹਨੀ ਹੁੰਦੀ ਆ ਉਹ ਏਸੇ ਤਰ੍ਹਾਂ ਦੇ ਕੱਲ ਨੂੰ ਨਿਕਲ ਕੇ ਆ ਕੇ ਪ੍ਰੋਟੈਸਟ ਕਰਨਾ ਹੁੰਦਾ ਤੁਸੀਂ ਉਹਨਾਂ 'ਚ ਖੌਫ ਹੀ ਇੰਨਾ ਜ਼ਿਆਦਾ ਕਰਤਾ ਕਿ ਜੀ ਉਹ ਆਪਣੇ ਆਪ ਨੂੰ ਜਿਹੜੀ ਜਗ੍ਹਾ ਦੇ ਵਿੱਚ ਉਹਨਾਂ ਜਿਸ ਜਗ੍ਹਾ ਨੂੰ ਪੰਜਾਬ ਨੂੰ ਦਿੱਲੀ ਨੂੰ ਜਾਂ ਕਿਤੇ ਹੋਰ ਜਾ ਕੇ ਉਹਨਾਂ ਨੇ ਆਪਣਾ ਨਵੇਂ ਘਰ ਬਸਾਇਆ ਤੇ ਆਪਣੇ ਆਪ ਨੂੰ ਪ੍ਰਦੇਸ਼ ਸਾਹਿਬ ਸਿੱਧੇ ਸ਼ਬਦਾਂ ਵਿੱਚ ਮੈਂ ਦੱਸ ਦੋ ਡਾਈਸੈਂਟ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਇਹ ਨਹੀਂ ਇਹਨਾਂ ਨੂੰ ਪਤਾ ਸੀ ਕਿ ਜਿਹੜੀਆਂ ਇਹਨਾਂ ਦੀਆਂ ਆਰਥਿਕ ਨੀਤੀਆਂ ਨੇ ਪੋਲੀਟੀਕਲ ਨੀਤੀਆਂ ਨੇ ਜਾਂ ਜਿਨ੍ਹਾਂ ਨੇ ਨਵੇਂ ਕਾਨੂੰਨ ਬਣੇ ਨੇ ਉਹਦੇ ਨਾਲ ਸਾਰੇ ਪਾਸੇ ਇੱਕ ਅਫਰਾ ਤਫਰੀਦਾ ਮਾਹੌਲ ਪੈਦਾ ਹੋ ਸਕਦਾ ਹੈ ਔਰ ਉਹ ਜਿਹੜੀ ਹੈਗੀ ਹੈ ਰੂਲਿੰਗ 엘ੀਟ ਨੂੰ ਜਿਹੜੀ ਹੈਗੀ ਸਾਡੀ ਜਿਹੜੀ ਹਾਕਮ ਜਮਾਤ ਹੈ ਉਹਨੂੰ ਇਹ ਪਸੰਦ ਨਹੀਂ ਸੀ ਤੁਸੀਂ ਆਪੇ ਹੀ ਦੇਖ ਲਓ ਜਿਹੜੇ ਲੋਕੀ ਹੁਣ ਪਲੈਨ ਕਰ ਗਏ ਨੇ ਜੋ ਇੰਨੀਆਂ ਔਕੜਾਂ ਦੇ ਨਾਲ ਵਾਪਸ ਜਾ ਰਹੇ ਨੇ ਕੱਲ ਨੂੰ ਉੱਠ ਕੇ ਕੀ ਗੱਲ ਉਹ ਕੋਈ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣਗੇ ਮੇਰੇ ਨੂੰ ਤਾਂ ਕੋਈ ਹੈ ਨਹੀਂਗਾ ਔਰ ਉਹਨਾਂ ਦਾ ਦੇਖੀ ਦੇਖੀ ਦੇਖਾ ਦੇਖੀ ਹੋਰ ਵੀ ਲੋਕੀ ਜਿਹੜੇ ਹੈਗੇ ਉਹ ਪ੍ਰੋਟੈਸਟ ਨਹੀਂ ਕਰਨਗੇ ਬਿਲਕੁਲ ਠੀਕ ਹੈ ਪੰਦੇਰ ਸਾਹਿਬ ਤੁਹਾਡਾ ਤੁਹਾਡਾ ਬੜਾ ਵੈਲਿਡ ਪੁਆਇੰਟ ਹੈ ਪੰਦੇਰ ਸਾਹਿਬ ਸਾਡਾ ਮੀਡੀਆ ਡਿਬੇਟੇ ਕਰਦਾ ਪਿਆ 25 ਬੰਗਾਲ ਦੀ ਮੁੱਖ ਮੰਤਰੀ ਮਮਤਾ ਨੇ ਰਸਤਾ ਰੋਕ ਲਿਆ ਕੋਈ ਇਹ ਨਹੀਂ ਦੱਸਦਾ ਪਿਆ ਮਜ਼ਦੂਰਾਂ ਨੂੰ ਰਸਤਾ ਦੇ ਕੌਣ ਰਿਹਾ ਨਹੀਂ ਰਸਤਾ ਬਣਾਇਆ ਕਿਨੇ ਆ ਰਸਤਾ ਤਾਂ ਉਹਨਾਂ ਦਾ ਜਿਹੜਾ ਪੈਦਲ ਰਸਤਾ ਜਿਹੜਾ ਹੈਗਾ ਜਦੋਂ ਰੇਲ ਰੋਡ ਟ੍ਰੈਫਿਕ ਅਵੇਲੇਬਲ ਹੈਗਾ ਜੇ ਉਹਨਾਂ ਨੇ ਵਾਪਸ ਜਾਣਾ ਹੈ ਉਹਦੇ ਤੇ ਸਾਰੀ ਦੁਨੀਆ 'ਚ ਇੰਨਾ ਲੌਕਡਾਊਨ ਦਾ ਕਿਤੇ ਵੀ ਨਹੀਂ ਹੋਇਆ ਤੋਡੇ ਇੰਪੈਕਟ ਨਹੀਂ ਹੋਇਆ ਇਹਨਾਂ ਕਿਸੇ ਤਰੀਕੇ ਹੋਰ ਤਰੀਕੇ ਕੀਤੇ ਜਾ ਸਕਦੇ ਆ ਉਹਨਾਂ ਦਾ ਜਿਹੜਾ ਹੈਗਾ ਸਾਈਕੋਲੋਜੀਕਲ ਲੈਵਲ ਦੇ ਉੱਤੇ ਉਹਨਾਂ ਨੂੰ ਟ੍ਰੀਟ ਕੀਤਾ ਜਾ ਸਕਦਾ ਵੀ ਜਦੋਂ ਨਹੀਂ ਕੀਤਾ ਉਹਨਾਂ ਨੂੰ ਟੋਟਲ ਇਗਨੋਰ ਕੀਤਾ ਔਰ ਇਗਨੋਰ ਕਰਨ ਦਾ ਇੱਕ ਟੋਟਲ ਇੱਕ ਮੈਂ ਕਹਾਂਗਾ ਸਾਜ਼ਿਸ਼ ਸੀਗੀ ਔਰ ਇੱਕ ਡੈਲੀਬਰੇਟ ਅਟੈਂਪਟ ਜਿਹੜੀ ਡੈਲੀਬਰੇਟ ਜਿਹੜੀ ਹੈਗੀ ਆ ਇਹਨਾਂ ਦੀ ਅਣਦੇਖੀ ਕੀਤੀ ਗਈ ਹੈ ਇਸ ਤਰਕੇ ਦੀ ਨਹੀਂ ਤਾਂ ਜੇ ਤੁਸੀਂ ਬਹੁਤ ਸਾਰਾ ਜਦੋਂ ਅਸੀਂ ਕਹਿੰਦੇ ਆਈ ਮੇਕ ਇਨ ਇੰਡੀਆ ਅਸੀਂ ਕਹਿੰਦੇ ਆ ਇੰਡੀਆ ਨੂੰ ਅੱਗੇ ਵਧਾਉਣਾ ਤੁਸੀਂ ਆਪਣੀ ਲੇਬਰ ਕਲਾਸ ਨੂੰ ਕਿਸ ਤਰ੍ਹਾਂ ਇਗਨੋਰ ਕਰਕੇ ਦੇਸ਼ ਨੂੰ ਅੱਗੇ ਵਧਾਓਗੇ ਜਦੋਂ ਤੁਸੀਂ ਆਪਣੇ ਲੇਬਰ ਨੂੰ ਇਗਨੋਰ ਕਰਦੇ ਹੋ ਇਹਦਾ ਮਤਲਬ ਡੈਲੀਬਰੇਟ ਹੈ ਜਿਹੜੇ ਜਿਨ੍ਹਾਂ ਦੇ ਜਿਹੜੇ ਤੁਹਾਡੇ ਪਹੀਏ ਨੇ ਤੁਹਾਡੀ ਇਕਨੋਮੀ ਆਪਣੇ ਪਹੀਆਂ ਨੂੰ ਤੁਸੀਂ ਇਗਨੋਰ ਕਰ ਰਹੇ ਹੋ ਇਹਦਾ ਮਤਲਬ ਤੁਹਾਡੀ ਜਿਹੜੀ ਮੰਨ ਦੇ ਵਿੱਚ ਜਿਹੜੀ ਹੈ ਕੁਝ ਕੋਈ ਹੋਰ ਘੜਤਾ ਘੜ ਰਹੇ ਹੋ ਔਰ ਉਹਦੇ ਵਿੱਚ ਇਹ ਸਾਫ ਜ਼ਾਹਿਰ ਸਾਫ ਜ਼ਾਹਿਰ ਹੈ ਕਿ ਜੀ ਜੇ ਆਪਾਂ ਦੇਖਦੇ ਵੀ ਹਾਂ ਕੋਈ ਵੀ ਚਾਹੇ ਜਾਇਜ਼ ਜਾਂ ਨਜਾਇਜ਼ ਲੈਵਲ ਦੇ ਉੱਤੇ ਪ੍ਰੋਟੈਸਟ ਹੁੰਦਾ ਉਹ ਏਸੇ ਤਬਕੇ ਤੋਂ ਜਿਹੜੀ ਸਾਡੀ ਲੇਬਰ ਕਲਾਸ ਆ ਉਸ ਦੇ ਵਿੱਚੋਂ ਲੋਕ ਨਿਕਲ ਕੇ ਆ ਕੇ ਸਾਹਮਣੇ ਆਉਂਦੇ ਨੇ ਜੇ ਉਹ ਇਹ ਇਹਨਾਂ ਦਾ ਕਿਸੇ ਲੈਵਲ ਦੇ ਉੱਤੇ ਕੋਈ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਡਾਈਸੈਂਟ ਖਤਮ ਕਰਨਾ ਉਹਨਾਂ ਨੂੰ ਡਰਾ ਹੀ ਇਹਨਾਂ ਦੇ ਅਸੀਂ ਪੰਜਾਬ ਦੇ ਵਿੱਚ ਆਲਰੇਡੀ ਭੁਗਤ ਚੁੱਕੇ ਆ ਅਸੀਂ ਪੰਜਾਬ ਦੇ ਵਿੱਚ ਐਮਰਜੈਂਸੀ ਦੇ ਖਿਲਾਫ ਪੰਜਾਬ ਨੇ ਐਡਾ ਵੱਡਾ ਮੋਰਚਾ ਲਾਇਆ ਉਸ ਤੋਂ ਬਾਅਦ 1980 ਤੱਕ ਜਿਹੜਾ ਦਹਾਕਾ ਜਿਹੜਾ ਹੈਗਾ ਸਾਡੇ ਉੱਤੇ ਖੌਫ ਦਾ 1980 ਤੋਂ ਲੈ ਕੇ 1990 ਦੇ ਜਿਹੜਾ ਦਹਾਕਾ ਸਾਡੇ ਉੱਤੇ ਖੌਫ ਇੰਨਾ ਥੋਪਿਆ ਗਿਆ ਔਰ ਉਹ ਉਹ ਜਿਹੜੀ ਨਰਸਰੀ ਦਾ ਕੰਮ ਸੀ ਉੱਥੋਂ ਜਿਹੜਾ ਇੰਡੀਅਨ ਸਟੇਟ ਨੇ ਜਿਹੜਾ ਇਹ ਸਬਕ ਸਿੱਖਿਆ ਉਹ ਹੁਣ ਨੈਸ਼ਨਲ ਲੈਵਲ ਦੇ ਉੱਤੇ ਕੋਈ ਵੀ ਜਿਹੜੀ ਪ੍ਰੋਟੈਸਟ ਕਰਨ ਦੀ ਜਿੱਥੇ ਕਪੈਸਿਟੀ ਹੈ ਉੱਥੇ ਹੁਣ ਖੌਫ ਨੂੰ ਇੰਜੈਕਟ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡਾ ਪੁਆਇੰਟ ਤੁਸੀਂ ਚੱਕਿਆ ਕਿ ਡੈਲੀਬਰੇਟਲੀ ਅਟੈਂਪਟ ਕੀਤੀ ਗਈ ਹੈ ਇਹ ਡੈਲੀਬਰੇਟਰੀ ਅਟੈਂਪਟ ਜੇ ਹੋਈ ਹੈ ਤਾਂ ਉਸ ਦਾ ਨਤੀਜਾ ਕੀ ਨਿਕਲ ਸਕਦਾ ਹੈ ਇਹ ਸਵਾਲ ਆਪਣੇ ਵਿੱਚ ਬਹੁਤ ਵੱਡਾ ਹੈਗਾ ਪਰ ਇਹ ਸਵਾਲ ਭਵਿੱਖ ਦੀ ਗੋਦ ਵਿੱਚ ਹੈਗਾ ਪਰ ਇਹ ਸਵਾਲ ਜੇ ਆ ਰਿਹਾ ਤਾਂ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਵਾਲੀ ਸਿਆਸਤ ਤਾਂ ਹੋਈ ਹੈ ਬ੍ਰੇਟੋਡ ਵਾਪਸ ਆ ਕੇ ਆਖਰੀ ਹਿੱਸੇ ਵਿੱਚ ਹੋਵਾਂਗੇ ਦੇਸ਼ ਦਾ ਮਜ਼ਦੂਰ ਕਿਸ ਨੇ ਕੀਤਾ ਮਜ਼ਦੂਰ ਇੱਕ ਵਾਰ ਫੇ ਤੁਹਾਡਾ ਸਵਾਗਤ ਕਰਦੇ ਆਂ ਦੇਸ਼ ਦਾ ਮਜ਼ਦੂਰ ਕਿਸ ਨੇ ਕੀਤਾ ਮਜ਼ਬੂਰ ਵੱਡਾ ਸਵਾਲ ਅਸੀਂ ਜਿਹੜਾ ਪੁੱਛ ਰਹੇ ਆਂ ਭਾਰਤ ਵਿੱਚ ਮਜ਼ਦੂਰਾਂ ਦੇ ਹਾਲਾਤ ਤੇ ਜਮਹੂਰੀਅਤ ਦੇ ਚਾਰੇ ਥੰਮ ਕਿ ਨਿਸਮੇ ਦਛੀਲੇ ਪ੍ਰੋਫੈਸਰ ਮਜੀਤ ਸਿੰਘ ਤੁਹਾਨੂੰ ਬਹੁਤ ਲੰਮਾ ਸਮਾਂ ਹੋ ਗਿਆ ਕਿਰਤੀਆਂ ਬਾਰੇ ਮਜ਼ਦੂਰਾਂ ਬਾਰੇ ਗੱਲ ਕਰਦਿਆਂ ਨੂੰ ਪ੍ਰੋਫੈਸਰ ਮਜੀਤ ਸਿੰਘ ਜਿਹੜੀ ਤਸਵੀਰ ਦੀ ਮੈਂ ਗੱਲ ਕਰ ਰਿਹਾ ਸੀਗਾ ਲੱਗੀ ਹੋਈ ਜਿਹੜੀ ਤਸਵੀਰ ਹੈ ਇਹ ਗੂਗਲ ਤੇ ਤਸਵੀਰ ਹੈ ਜਿਹੜੀ ਉਹ ਤੱਕ ਵੀ ਰਹੂਗੀ ਜਦੋਂ ਇਹ ਬੱਚਾ ਵੱਡਾ ਹੋ ਜਾਊਗਾ ਇਹ ਜਦੋਂ ਬੱਚਾ ਵੱਡਾ ਹੋਊਗਾ ਪ੍ਰੋਫੈਸਰ ਮਜੀਤ ਸਿੰਘ ਲੋਕ ਜਿਹੜੇ ਜਾਂ ਇਹਦੇ ਨਾਲ ਆ ਜਿਹੜੇ ਨੌਜਵਾਨ ਹੋਇਆ ਕਰਨਗੇ ਉਹ ਇਹਨੂੰ ਪੁੱਛਿਆ ਕਰਨਗੇ ਵੀ ਤੇਰੀ ਤਸਵੀਰیں ਕਿਉਂ ਆ ਇਹ ਬੱਚਾ ਕੀ ਜਵਾਬ ਦੋਗਾ ਪ੍ਰਸਮਜੀਤ ਜੀ ਸੇ ਮੈਨੂੰ ਇਸ ਬੱਚੇ ਦਾ ਜਵਾਬ ਚਾਹੀਦਾ ਇਹ ਦੇਖੋ ਇਹ ਗੱਲ ਤੁਸੀਂ ਥੋੜੀ ਜੀ ਭਾਵਕ ਹੋ ਕੇ ਗੱਲ ਕੀਤੀ ਹੈ ਜੋ ਐਟੀਟਿਊਡ ਹੁੰਦਾ ਆ ਸਟੇਟਾ ਦਾ ਉਹ ਲੇਬਰ ਨੂੰ ਨੰਬਰ ਸਮਝਦੇ ਆ ਐਨੇ ਮਰ ਗਏ ਐਨੇ ਪ੍ਰਸਮਜੀਤ ਪ੍ਰਸਮਜੀਤ ਜੀ ਮੈਂ ਉੱਚੀ ਆਵਾਜ਼ 'ਚ ਵੀ ਬਹੁਤ ਸਵਾਲ ਕਰਕੇ ਦੇਖ ਲੈ ਸਰ ਮੈਨੂੰ ਲੱਗਦਾ ਹੁਣ ਭਾਵਕ ਹੋਣਾ ਪਊਗਾ ਨਹੀਂ ਤਾਂ ਸ਼ਾਇਦ ਸ਼ਾਇਦ ਅਸੀਂ ਵੀ ਸਵੇਦਨ ਸੁਵੇਦਨ ਹਿੰਤਾ ਵੱਲ ਵੱਧ ਜਾਾਂਗੇ ਪ੍ਰਸਮਜੀਤ ਸਿੰਘ ਨਹੀਂ 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 ਬਿਲਕੁਲ ਨਹੀਂ ਇਸ ਤਰ੍ਹਾਂ ਨਹੀਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਉਹਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ ਹੋਣੀ ਚਾਹੀਦੀ ਕਿਹੜੀ ਗੱਲ ਹੈ ਠੀਕ ਹੈ ਕੋਈ ਹਾਲਾਤ ਇਹੋ ਜਿਹੀ ਸੀ ਅਸੀਂ ਜਦੋਂ ਆਪਣੇ ਵੱਡੇ-ਵਡੇਰਿਆਂ ਦੀਆਂ ਟ੍ਰੇਨਸ ਜਿਹੜੀਆਂ ਜਦੋਂ ਪਾਰਟੀਸ਼ਨ ਹੋਈ ਆ ਦੇਖਦੇ ਆ ਸਾਡੇ ਨੂੰ ਰੌਂਗਟੇ ਵੀ ਖੜੇ ਹੁੰਦੇ ਆ ਉਹ ਉਹਦੇ ਤੋਂ ਸਾਨੂੰ ਸਿੱਖਣ ਦੀ ਲੋੜ ਆ ਪਰ ਸਰ ਕੁਝ ਤਾਂ ਸਾਡੇ ਜਰਨਲਿਸਟ ਵਾਲੇ ਭਰਾ ਇਹ ਵੀ ਕਹਿਣਗੇ ਸਰ ਵੀ ਇਹਨੂੰ ਬਲਰ ਕਰ ਦਿੰਦੇ ਬੱਚੇ ਨੂੰ ਤੁਸੀਂ ਐ ਕਿਉਂ ਦਿਖਾ ਰਹੇ ਹੋ ਉਹ ਵੀ ਕਹਿਣਗੇ ਸਾਨੂੰ ਇਹ ਇਹ ਠੀਕ ਹੈ ਚਲੋ ਮੇਰਾ ਮਤਲਬ ਇਹ ਗੱਲਾਂ ਇੱਕ ਆਪਣੇ ਆਪ ਚ ਇੰਪੋਰਟੈਂਟ ਗੱਲਾਂ ਹੈਗੀਆਂ ਪਰ ਇੱਥੇ ਮੈਂ ਜਿਹੜਾ ਜਿਹੜੇ ਦੂਸਰੇ ਜਿਸ ਗੱਲ ਤੇ ਕਿਸ ਨੇ ਕੀਤਾ ਮਜਬੂਰ ਜਿਹੜੀ ਬਾਰ-ਬਾਰ ਤੁਸੀਂ ਗੱਲ ਕਰਦੇ ਆ ਉਹ ਬਹੁਤ ਇੰਪੋਰਟੈਂਟ ਗੱਲ ਹੈ ਮਜਬੂਰ ਕੀਤਾ ਸਾਨੂੰ ਮਨੁਵਾਦੀ ਸੋਚ ਨੇ ਸਾਡੇ ਦੇਸ਼ ਦੇ ਅੰਦਰ ਹਮੇਸ਼ਾ ਹੀ ਜਿਸ ਨੇ ਸਖਤ ਮਿਹਨਤ ਕੀਤੀ ਹਥਲੀ ਮਿਹਨਤ ਕੀਤੀ ਜਿਨੇ ਹੱਥ ਕਾਲੇ ਕੀਤੇ ਉਸ ਨੂੰ ਅਸ਼ੂਤ ਕਿਹਾ ਨੀਚੇ ਦਿਖਾਇਆ ਇਸ ਕਰਕੇ ਨਹੀਂ ਕਿ ਉਹ ਨੀਚੇ ਸੀਗੇ ਇਸ ਕਰਕੇ ਉਹਨੂੰ ਗਲਤ ਕਿਹਾ ਉਹਨੂੰ ਅਛੂਤ ਕਿਹਾ ਭਾਵੇਂ ਉਹ ਫਾਰਮਰ ਆ ਭਾਵੇਂ ਇਹ ਆ ਤਾਂ ਕਿ ਉਹਨਾਂ ਦੀ ਲੇਬਰ ਨੂੰ ਉਹਨਾਂ ਦੇ ਹੱਕ ਹਕੂਕ ਨੂੰ ਦਬਾਇਆ ਜਾ ਸਕੇ ਔਰ ਉਹਨਾਂ ਦੀ ਲੇਬਰ ਨੂੰ ਸਸਤੇ ਭਾਅ ਕੌਡੀਆਂ ਭਾਅ ਤੇ ਬੀਚਿਆ ਜਾਏ ਕਿਉਂਕਿ ਉਹਨਾਂ ਨੂੰ ਇਹ ਕਹਿ ਕੇ ਸਿਖਾ ਦਿੱਤਾ ਜਾਂਦਾ ਵਿਚਾਰਧਾਰਕ ਤੌਰ ਤੇ ਕਿ ਤੁਹਾਡੀ ਤੇ ਕੋਈ ਕੀਮਤ ਹੀ ਨਹੀਂ ਤੁਸੀਂ ਤਾਂ ਬੰਦੇ ਹੀ ਕੱਖ ਨਹੀਂ ਇਸ ਕਰਕੇ ਤੁਹਾਡੀ ਲੇਬਰ ਦੀ ਵੀ ਕੋਈ ਕੀਮਤ ਨਹੀਂ ਇਹ ਜਿਹੜਾ ਪ੍ਰਦਰਸ਼ਨ ਵੱਡੇ ਪੱਧਰ ਤੇ ਦੇਸ਼ ਦੇ ਅੰਦਰ ਉਸ ਮਨੁਵਾਦੀ ਸੋਚ ਦਾ ਸ਼ਰਿਆਂ ਨੰਗੇ ਚਿੱਟੇ ਤੌਰ ਤੇ ਹੋਇਆ ਜਿਸ ਫੋਟੋ ਨੂੰ ਦੇਖ ਕੇ ਤੁਹਾਡਾ ਦਿਲ ਦਹਿਲਦਾ ਜਿਸ 8 ਮਹੀਨੇ ਦੀ ਗਰਭਵਤੀ ਔਰਤ ਆਪਣੇ ਕੁਛੜ ਤੇ ਛੋਟਾ ਬੱਚਾ ਲੈ ਕੇ ਸੜਕ ਤੇ ਉਹਨੇ ਆਪਣੇ ਹੱਥ ਨਾਲ ਰੇੜਾ ਬਣਾ ਕੇ ਖਿੱਚੀ ਜਾਂਦਾ 800 ਕਿਲੋਮੀਟਰ ਬੰਦੇ ਨੇ ਉਹਦੇ ਹਸਬੰਡ ਨੇ ਜਾਣਾ ਇਹ ਕੀ ਕਾਨੂੰਨ ਹਾਕਮਾਂ ਨੂੰ ਨਹੀਂ ਦਿਖਦਾ ਉਹਨਾਂ ਨੂੰ ਨਹੀਂ ਦਿਖਦਾ ਸੱਚੀ ਮੁੱੱਚੀ ਨਹੀਂ ਦਿਖਦਾ ਕਿਉਂਕਿ ਉਹ ਇਨਾਂ ਨੂੰ ਬੰਦੇ ਨਹੀਂ ਬੰਦਿਆਂ ਤੋਂ ਇੱਕ ਬਾਹਰ ਵਾਲੀ ਕੈਟਾਗਰੀ ਸਮਝਦੇ ਆ ਜੋ ਇੱਥੇ ਦੇ ਧਰਮ ਸ਼ਾਸਤਰਾਂ ਦੇ ਕਹੋ ਜਾਂ ਮਨੁਵਾਦ ਨੇ ਕੋਡਿਫੀਕੇਸ਼ਨ ਕੀਤੀ ਉਹ ਵੱਡੇ ਮੱਧ ਵਰਗ ਦੀ ਜਿਹੜੀ ਵਰਕਿੰਗ ਕਲਾਸ ਆ ਉਸ ਨੂੰ ਪੂਰੇ ਇਨਸਾਨ ਨਹੀਂ ਸਮਝਦੇ ਉਹਨਾਂ ਨੂੰ ਆਪਣਾ ਹਿੱਸਾ ਨਹੀਂ ਸਮਝਦੇ ਨਹੀਂ ਤੇ ਕਦੀ ਹੋ ਹੀ ਨਹੀਂ ਸਕਦਾ ਦੁਨੀਆ 'ਚ ਕਦੀ ਨਹੀਂ ਅਜਿ ਕਿਸੇ ਵੀ ਗਰੀਬ ਤੋਂ ਗਰੀਬ ਦੇਸ਼ 'ਚ ਨਹੀਂ ਹੋਇਆ ਕਿ ਕਰੋੜਾਂ ਦੀ ਗਿਣਤੀ 'ਚ ਲੋਕ ਸੜਕਾਂ ਦੇ ਉੱਤੇ 16 16 ਬੰਦੇ ਕੁਚਲੇ ਗਏ ਉਦੋਂ ਬਾਅਦ ਨਹੀਂ ਸਿੱਖੇ ਗਏ 16 ਬੰਦੇ ਕੱਲ੍ਹ ਦੋ ਬਿਹਾਰ ਦੇ ਵਿੱਚ ਕੋਈ 6 ਕ ਮੱਧ ਪ੍ਰਦੇਸ਼ ਦੇ ਵਿੱਚ 10 ਕ ਹੋਲ 16 ਬੰਦੇ ਕੱਲ ਸੜਕਾਂ ਦੇ ਉੱਤੇ ਮਰੇ ਜਾਂਦੇ ਜਾਂਦੇ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕਦੀ ਔਰ ਇਹ ਉਲਟਾ ਲੇਬਰ ਲਾ ਜਿਹੜੇ ਉਹਨਾਂ ਦੇ ਹੱਕਕ ਦੇ ਬਣੇ ਆ ਉਹਨਾਂ ਨੂੰ ਸਸਪੈਂਡ ਕਰ ਰਿਹਾ ਔਰ ਬਾਜਾ ਮਾਰ ਰਿਹਾ ਕਿ ਸਾਡੇ ਆਕੇ ਇੱਥੇ ਨਾ ਇਹ ਲੈ ਰਹੇ ਆ ਕਿ ਅਸੀਂ ਸਵੈ ਨਿਰਭਰ ਕਰਨਾ ਆਪਣੇ ਆਪ ਨੂੰ ਸੈਲਫ ਰਿਲਾਇੰਟ ਇਕਨੋਮੀ ਬਣਾਉਣੀ ਆ ਔਰ ਐਫ ਡੀਆਈਆ ਖੋਲ ਰਹੇ ਆ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਖੋਲ ਰਹੇ ਆ ਕਾਰਪੋਰੇਟਾਂ ਨੂੰ ਬਾਜਾ ਮਾਰ ਰਹੇ ਆ ਚੀਨ ਤੋਂ ਕਹਿੰਦੇ ਸਾਡੇ ਇੱਥੇ ਬੜੀਆਂ ਸਾਰੀਆਂ ਕਾਰਪੋਰੇਸ਼ਨਾਂ ਆ ਰਹੀਆਂ ਕਿਹਦਾ ਦੀਵਕ ਬਣਾਉਣ ਚੱਲੇ ਹੋਏ ਆ ਐਸ ਕਰਕੇ ਇਹਨਾਂ ਦੇ ਅੱਲੇ-ਪੱਲੇ ਕੱਖ ਨਹੀਂ ਇੱਕ ਗੱਲ ਸਮਝ ਲਓ ਇੱਕ ਜਿਹੜੀ ਲਾਸਟ ਗੱਲ ਕਹਿਣੀ ਚਾਹੁੰਨਾ ਇਹਨਾਂ ਦਾ ਬਜਟਰੀ ਘਾਟਾ 12 ਲੱਖ ਕਰੋੜ ਦਾ ਹੋ ਚੁੱਕਾ ਪੈਸਾ ਹੋਰ ਆਉਣਾ ਨਹੀਂ ਜਿਹੜਾ ਕਿ 20 ਲੱਖ ਕਰੋੜ ਤੱਕ ਘਾਟਾ ਪਹੁੰਚ ਜਾਣਾ ਐਸ ਵੇਲੇ ਇਹਨਾਂ ਕੋਲ 20000 ਕਰੋੜ ਰੁਪਈਆ ਸਾਰਾ ਜੇਬ ਦੇ ਵਿੱਚ ਹੈਗਾ ਉਹਨੂੰ ਕੀ ਗੰਗੇ ਨੇ ਨਹਾਉਣਾ ਕੀ ਨਿਚੋੜਨਾ ਕਿੱਥੇ ਲਾਉਣਾ ਲਾ ਲਿਓ ਇਹਨਾਂ ਕੋਲ ਪੈਸਾ ਕੋਈ ਨਹੀਂ ਲੋਕਾਂ ਦਾ ਟਾਈਮ ਵੇਸਟ ਕਰ ਰਿਹਾ ਰੋਜ਼ ਜਿਹੜੀ ਅਸਥੀਤਾ ਰਮਨ ਆ ਕੇ ਬੈਠ ਜਾਂਦੀ ਹੈ ਜਿਵੇਂ ਕਿ ਤੇ ਬਜਟਰੀ ਸਪੀਚ ਪੜ ਰਹੀ ਹੋਵੇ ਇਹ ਕੋਈ ਰਾਹਤ ਆ ਇਹ ਕੋਈ ਕਰੋਨਾ ਵਾਇਰਸ ਦਾ ਤੁਸੀਂ ਮੈਨੂੰ ਦੱਸੋ ਕੋਈ ਰਿਸਪਾਂਸ ਆ ਲੋਕ ਭੁੱਖੇ ਮਰ ਰਹੇ ਆ ਲੋਕ ਜਾ ਰਹੇ ਆ ਤੁਸੀਂ ਉਹਦੀ ਗੱਲ ਕਰੋ ਉਹਦੀ ਇੱਕ ਗੱਲ ਨਹੀਂ ਕੀਤੀ ਹੋਰ ਹੀ ਗੱਲਾਂ ਮਾਰੀ ਜਾਂਦੀ ਆ ਫਿਸ਼ਰੀ ਨੂੰ ਪੈਸਾ ਕਿੰਨਾ ਦੇਣਾ ਤੁਸੀਂ ਇੱਥੇ ਹਰਬਲ ਬੂਟੀਆਂ ਕਿਵੇਂ ਲਾਉਣੀਆਂ ਇਹ ਤੁਸੀਂ ਇੱਥੇ ਐਨੀਮਲ ਨੈਸ਼ਨਲ ਐਨੀਮਲ ਡਿਜ਼ੀਜ਼ ਫੰਡ ਲਓ ਜੀ ਆਪਣੀ ਕਰੋਨਾ ਵਾਇਰਸ ਠੀਕ ਨਹੀਂ ਹੋਈ ਐਨੀਮਲ ਦੀ ਨੈਸ਼ਨਲ ਡਿਜ਼ੀਜ਼ ਜਿਹੜਾ ਫੰਡ ਜਿਹੜਾ ਰਿਲੀਜ਼ ਕਰ ਰਹੀ ਆ ਜਿਹੜੇ ਵੀ ਇਹਨੂੰ ਬਣਾਉਣ ਚੱਲਿਆ ਹੋਇਆ ਇਸ ਨੂੰ ਬੰਦ ਕਰਨਾ ਚਾਹੀਦਾ ਸਾਨੂੰ ਸ਼ਰਮਿੰਦਾ ਕਰ ਰਿਹਾ ਸਾਨੂੰ ਇਸ ਗੱਲ ਦਾ ਤੋਹੀਨ ਕਰ ਰਿਹਾ ਇਸ ਪੂਰੇ ਦੇਸ਼ ਦੀ ਉਹਨਾਂ ਵਰਕਰਾਂ ਦੀ ਸਰ ਸਮਜੀ ਸਰ ਠੀਕ ਹੈ ਪੰਦੇਰ ਸਾਹਿਬ ਇੱਕ ਸਰਕਾਰ ਨੇ ਇਹ ਵੀ ਦਾਵਾ ਕੀਤਾ ਹੈ ਕਿ ਜਿਹੜੇ ਮਜ਼ਦੂਰ ਵਾਪਸ ਜਾ ਰਹੇ ਆ ਆਪਣੇ ਸੂਬਿਆਂ ਨੂੰ ਉੱਥੇ ਉਹਨਾਂ ਨੂੰ ਕੰਮ ਦਵਾਇਆ ਜਾਊਗਾ ਚਾਹ ਮਨਰੇਗਾ ਤਹਿਤ ਦਾਵਾ ਕੀਤਾ ਗਿਆ ਹੋਵੇ ਹੋਰ ਵੀ ਸੂਬਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਸਾਰੇ ਅੰਕੜੇ ਵੀ ਤੁਹਾਡੇ ਕੋਲੇ ਹੋਣਗੇ ਤੇ ਤੁਸੀਂ ਵਿੱਤ ਮੰਤਰੀ ਨੂੰ ਸੁਣਦੇ ਵੀ ਪਏ ਹੋਵੋਗੇ ਪੰਦੇਰ ਸਾਹਿਬ ਜਿਹੜੇ ਸੂਬੇ ਪਹਿਲਾਂ ਨਹੀਂ ਉਹਨਾਂ ਲਈ ਕੰਮ ਲੱਭ ਸਕੇ ਉਹ ਹੁਣ ਕਿਵੇਂ ਲੱਭ ਲੈਣਗੇ ਇੱਕੋ ਦਮ ਫਿਰ ਦੂਜਾ ਸਵਾਲ ਮੇਰਾ ਸਰ ਇਹ ਹੈਗਾ ਜਦੋਂ ਅਸੀਂ ਕਹਿੰਨੇ ਆ ਸਾਡਾ ਅਰਥਚਾਰਾ ਡਗਮਗਾ ਗਿਆ ਹੈਗਾ ਉਦੋਂ ਅਰਥਚਾਰੇ ਦਾ ਜਿਹੜਾ ਮੋੜ ਹੈ ਉਹ ਤਾਂ ਇਹਨਾਂ ਮਜ਼ਦੂਰਾਂ ਦੇ ਸਹਾਰੇ ਆ ਸਾਰਾ ਕੁਝ ਉਹ ਮਜ਼ਦੂਰਾਂ ਦਾ ਪਲਾਨ ਮੈਨੂੰ ਇਹ ਦੋ ਚੀਜ਼ਾਂ ਫਿਰ ਨਹੀਂ ਸਮਝ ਆ ਰਹੀਆਂ ਭੰਦੇਰ ਸਾਹਿਬ ਮੈਨੂੰ ਇਹ ਸਮਝਾ ਦਿਓ ਮਾੜਾ ਜਿਹਾ ਉਹ ਸੂਬਿਆਂ ਵਿੱਚ ਕੰਮ ਕਿਵੇਂ ਦਵਾ ਦੇਣਗੇ ਜੀਪੀ ਜੀ ਪਹਿਲਾਂ ਤਾਂ ਮੈਂ ਤੁਹਾਡਾ ਉਹ ਸਵਾਲ ਜਿਹੜਾ ਤੁਸੀਂ ਇਹ ਤਸਵੀਰ ਬਾਰੇ ਗੱਲ ਕਰ ਰਹੇ ਹੋ ਵੀ ਇਹ ਵੱਡਾ ਬੱਚਾ ਮੈਂ ਇਹ ਚਾਹੂੰਗਾ ਜੀ ਇਹ ਇਹ ਕਮ ਸੇ ਕਮ ਇਹ ਜਿਹੜੀ ਆਪਣੀ ਇਹ ਇਹ ਯਾਤਰਾ ਇਹ ਪੂਰੀ ਕਰ ਜਵੇ ਬੇਸ਼ੱਕ ਇਹ ਸਟੈਚੀ ਕੇਸ ਤੇ ਹੋਵੇ ਉਸ ਉਹ ਪਹੁੰਚ ਜਵੇ ਰੱਬ ਨਾ ਕਰੇ ਕਿ ਉਹ ਜੀ ਤਸਵੀਰ ਵੀ ਸਾਨੂੰ ਦੇਖਣੀ ਪਵੇ ਕਿ ਜੋ ਯੂਰਪ ਦੇ ਵਿੱਚ ਇੱਕ ਵਾਰੀ ਹੋਇਆ ਸੀ ਕਿ ਸਿਰিয়ান ਰਿਫਿਊਜੀਆਂ ਦਾ ਇੱਕ ਬੱਚਾ ਜਿਹੜਾ ਬੀਚ ਦੇ ਉੱਤੇ ਬੜਾ ਖੂਬਸੂਰਤ ਬੱਚਾ ਸੀ ਉਹ ਮਰਿਆ ਪਿਆ ਦੇਖਿਆ ਸੀ ਸਾਨੂੰ ਕਿਤੇ ਉਹ ਜੀ ਅਸੀਂ ਤਸਵੀਰ ਤਸਵੀਰਾਂ ਦਿਖਾਉਣ ਤੇ ਮਜਬੂਰ ਨਾ ਹੋ ਜਾਈਏ ਰੱਬ ਨਾ ਕਰੇ ਐਹ ਜੀ ਸਿਚੁਏਸ਼ਨ ਆਵੇ ਬਿਲਕੁਲ ਦਿਲ ਨੂੰ ਹਿਲਾ ਦਿੰਦੀਆਂ ਨੇ ਤੁਹਾਡੇ ਜ਼ਮੀਰ ਨੂੰ ਹਿਲਾਉਂਦੀਆਂ ਨੇ ਸਾਰਾ ਤੁਹਾਡਾ ਆਪਣੇ ਆਪ ਤੇ ਤੁਹਾਨੂੰ ਸ਼ਰਮ ਆਉਣੀ ਸ਼ੁਰੂ ਹੋ ਜਾਵੇ ਪਦੇਰ ਸਾਹਿਬ ਮੈਂ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਕਿ ਤੁਹਾਡੀ ਨਜ਼ਰ ਹੈ ਤੁਹਾਡੀ ਕੈਮਰੇ ਨਾਲ ਜਿਹੜੀਆਂ ਖਿੱਚੀਆਂ ਤਸਵੀਰਾਂ ਉਹਦੇ ਵਿਚਾਲੇ ਜਿਹੜੀ ਤੁਸੀਂ ਇਹ ਗੱਲਾਂ ਕੀਆਂ ਉਹਦੇ ਵਿੱਚ ਭਾਵਕਤਾ ਇਹ ਸਾਨੂੰ ਦੱਸਦੀ ਪਈ ਹੈ ਕਿ ਇੱਕ ਤਸਵੀਰ ਹੈ ਜਿਹੜਾ ਸਾਰਾ ਕੁਝ ਦੱਸ ਸਕਦੀ ਹੈ ਜਿਹੜੀ ਭਾਵਕਤਾ ਨੂੰ ਤੁਸੀਂ ਬਿਆਨ ਕੀਤਾ ਹੈ ਕਿ ਇਹ ਬੱਚਾ ਆਪਦਾ ਸਫ਼ਰ ਪੂਰਾ ਕਰ ਲਵੇ ਉਹ ਸਫ਼ਰ ਸਰ ਉਹ ਆਪਣੇ ਆਪੇ ਸਵਾਲ ਬਹੁਤ ਵੱਡਾ ਰੱਖਦਾ ਤੁਸੀਂ ਬੰਦੀਰ ਸਾਹਿਬ ਬਿਲਕੁਲ ਬਾਕੀ ਰਹੀ ਗੱਲ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਉਹ ਮੇਰੀ ਪਹਿਲੀ ਜਿਹੜੀ ਮੈਂ ਗੱਲ ਰੱਖੀ ਸੀ ਤੁਹਾਡੇ ਸਾਹਮਣੇ ਕਿ ਜਿਹੜਾ ਇਹ ਲੇਬਰ ਕਲਾਸ ਹੈ ਜਾਂ ਜਿਹੜੀ ਵਰਕਿੰਗ ਕਲਾਸ ਹੈ ਉਸ ਨੂੰ ਇੱਕ ਨਾਲ ਦੀ ਨਾਲ ਜਦੋਂ ਕਿ ਉਸ ਦੇ ਕੋਲੋਂ ਤੁਸੀਂ ਸਾਰਾ ਕੁਝ ਉਹਦੀ ਉਹਦੀ ਸਰਵਾਈਵਲ ਜਿਹੜੀ ਬੇਸਿਕ ਸਰਵਾਈਵਲ ਨੂੰ ਤੁਸੀਂ ਥ੍ਰੈਟਨ ਕਰਦੇ ਹੋ ਬਈ ਉਹ ਹੁਣ ਹੁਣੇ ਵੀ ਨਾ ਕਿਤੇ ਕਈ ਵਾਰੀ ਜਿਹੜਾ ਹੈਗਾ ਬਹੁਤ ਸਾਰਾ ਜਿਹਨੂੰ ਕਹਿੰਦੇ ਆ ਮਜਬੂਰ ਹੋਇਆ ਇਨਸਾਨ ਵੀ ਕਿਤੇ ਕਹੇ ਚੰਗਾ ਜੀ ਹੁਣ ਮਰਨ ਤੋਂ ਪਹਿਲਾਂ ਕਿਸੇ ਨੂੰ ਮਾਰ ਲੈਣਾ ਦਿਆਂ ਬਈ ਇਹ ਸਿਚੁਏਸ਼ਨ ਚ ਨਾ ਆ ਜਾਵੇ ਉਹਨੂੰ ਇੱਕ ਸਬਜ਼ ਬਾਗ ਦਿਖਾਇਆ ਜਾ ਰਿਹਾ ਵੀ ਭਾਈ ਤੇਰੀ ਭਈ ਜਿਸ ਤਰ੍ਹਾਂ ਆਪਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਨਾ ਇੱਕ there is a light after the at the end of the tunnel ਭਈ ਇਹ ਰਸਤਾ ਖਤਮ ਹੋਊਗਾ ਉਸ ਤੋਂ ਬਾਅਦ ਚ ਤੇਰੇ ਵਾਸਤੇ ਇੱਕ ਬਹੁਤ ਸੁਨਹਿਰਾ ਭਵਿੱਖ ਅਸੀਂ ਸਿਰਜ ਰਹੇ ਆ ਤੂੰ ਆਪਣੀ ਇਹ ਯਾਤਰਾ ਔਖਾ ਸੌਖਾ ਪੂਰੀ ਕਰ ਘਰੇ ਪਹੁੰਚ ਤੇਰੇ ਵਾਸਤੇ ਬਹੁਤ ਵਧੀਆ ਉਹਨੇ ਥੱਕ ਹਾਰ ਕੇ ਜੇ ਪਹੁੰਚੂਗਾ ਵੀ ਜਾਂ ਨਹੀਂ ਪਹੁੰਚੂਗਾ ਜਿਹੜਾ ਖਤਮ ਹੋ ਗਿਆ ਉਹਦੀ ਤਾਂ ਗੱਲ ਹੀ ਖਤਮ ਆ ਜਿਹੜਾ ਪਹੁੰਚੂਗਾ ਵੀ ਉਹ ਇੰਨਾ ਕ ਐਗਜ਼ੌਸਟ ਹੋ ਚੁੱਕਿਆ ਹੋਊਗਾ ਕਿ ਉਹ ਉੱਠ ਕੇ ਇਹ ਪੁੱਛਣ ਜੋਗਾ ਨਹੀਂ ਹੋਊਗਾ ਕਿ ਮੈਂ ਜਦੋਂ ਉਥੋਂ ਚੱਲਿਆ ਸੀ ਸਾਰਾ ਕੁਝ ਮੈਂ ਇੰਨੇ ਹਜ਼ਾਰ ਕਿਲੋਮੀਟਰ ਤੁਰ ਕੇ ਆਇਆ ਤੇ ਤੁਸੀਂ ਕਿਹਾ ਸੀ ਮੈਨੂੰ ਰੋਜ਼ਗਾਰ ਇੱਥੇ ਦਿਵਾਵਾਂਗੇ ਉਹ ਕਿੱਥੇ ਆ ਮੇਰਾ ਰੋਜ਼ਗਾਰ ਉਹਦੀ ਸ਼ਾਇਦ ਹਿੰਮਤ ਹੀ ਨਹੀਂ ਹੋਣੀ ਪੁੱਛਣ ਦੀ ਉਹ ਚ ਰਹਿਣਾ ਹੀ ਕੁਛ ਨਹੀਂ ਸੋ ਇਸ ਲਈ ਇਹ ਇੱਕ ਵਰਕਿੰਗ ਕਲਾਸ ਨੂੰ ਜਾਂ ਪ੍ਰੋਟੈਸਟਿੰਗ ਕਲਾਸ ਨੂੰ ਜਾਂ ਇੱਕ ਜਿੱਥੇ ਪਹਿਲਾਂ ਕਿਹਾ ਸੀ ਇਹਨੂੰ ਡਾਈਸੈਂਟ ਵਾਲੀ ਜਿਹੜੀ ਜਿੱਥੋਂ ਪੈਦਾ ਹੋ ਸਕਦੀ ਆ ਉਹਨ ਟੋਟਲ ਕੋਚਲ ਕੇ ਇੱਕ ਤਾਨਾਸ਼ਾਹੀ ਵਾਲਾ ਇੱਕ ਨਿਜ਼ਾਮ ਜਿਹੜਾ ਹੈ ਉਹ ਕਦੇ ਹਿੰਦੁਸਤਾਨ ਚ ਨਹੀਂ ਇਹ ਸਾਰੀ ਦੁਨੀਆ ਦੇ ਵਿੱਚ ਚੱਲਣਾ ਹੈ ਇਹ ਨਿਜ਼ਾਮ ਜਿਹੜਾ ਹੈ ਬਈ ਕਰੋਨਾ ਤੋਂ ਬਾਅਦ ਜਿਹੜੀ ਸਰਕਾਰਾਂ ਨੇ ਆਲਰੇਡੀ ਇਹ ਟੈਸਟ ਕਰ ਲਿਆ ਤੁਸੀਂ ਸਰ ਇਸ਼ਾਰਾ ਇਹ ਕਰ ਰਹੇ ਹੋ ਕਿ ਸਿਵਲ ਵਾਰ ਵਾਲਾ ਮਾਹੌਲ ਨਾ ਪੈਦਾ ਹੋਵੇ ਉਸ ਨੂੰ ਰੋਕਣ ਦੀ ਕੋਸ਼ਿਸ਼ ਹੈ ਜਾਂ ਸਿਵਲ ਵਾਰ ਵੱਧ ਰਿਹਾ ਸੀ ਵੇ ਸਿਵਲ ਵਾਲਾ ਦਾ ਕੰਮ ਖਤਮ ਹੋ ਗਿਆ ਨਾ ਜੀ ਤੁਸੀਂ ਉਹਨਾਂ ਨੂੰ ਡਰਾਈ ਇਹਨਾਂ ਦਿੱਤਾ ਉਹ ਵੀ ਉਹਨਾਂ ਦੇ ਤਾਂ ਹਿੰਮਤੇ ਨਹੀਂ ਹੈ ਕਿ ਔਰ ਉਹ ਉਹ ਉਹਨਾਂ ਦੇ ਤਾਂ ਹਿੰਮਤੇ ਨਹੀਂ ਰਹਿਣੀ ਕਿ ਉਹ ਨਹੀਂ 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 ਮੈਂ ਬਹੁਤਾ ਸਹਿਮਤ ਨਹੀਂ ਤੁਹਾਡੇ ਨਾਲ ਪੰਦੀਰ ਸਾਹਿਬ ਮੈਂ ਥੋੜਾ ਜਿਹਾ ਸੌਰੀ ਇੱਥੇ ਕਹਿਣਾ ਚਾਹੁੰਦਾ ਕਿਉਂਕਿ ਤੁਸੀਂ ਦੋ ਤਿੰਨ ਵਾਰੀ ਕਹਿਤਾ ਢੰਡਾਰੀ ਕਲਾਂ ਤੇ ਜਿਹੜੇ ਸੜਕ ਤੇ ਉੱਤੇ ਦੋ ਵਾਰੀ ਵੱਡੇ ਮਜਾਰੇ ਹੋਏ ਆ ਬਾਅਦ ਵਿੱਚ ਪੁਲਿਸ ਨੂੰ ਉਹਨੂੰ ਬੜੇ ਮੁਸ਼ਕਲ ਨਾਲ ਠੱਡਾ ਕਰਨਾ ਪਿਆ ਇਹ ਸਾਰੇ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਮਜਾਰੇ ਹੋਣਗੇ ਇੱਥੋਂ ਤੱਕ ਕਿ ਬੀਐਮਐਸ ਆਰਐਸਐਸ ਦੀ ਜਿਹੜੀ ਬ੍ਰਾਂਚ ਆਉਂਦੇ ਪੂਰਾ ਪਲਾਨ ਆਪਣਾ ਕਿਹੜੇ ਕਿਹੜੇ ਕਿਸ ਤਰ੍ਹਾਂ ਮਜਾਰੇ ਕਰਨੇ ਉਹਨਾਂ ਨੇ ਕਰ ਦਿੱਤਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬਿਲਕੁਲ ਉਹ ਚੁੱਪ ਕਰਕੇ ਬਹਿ ਜਾਣਗੇ ਔਰ ਡਰ ਕੇ ਡਰ ਕੇ ਬੈਠ ਜਾਣਗੇ ਠੀਕ ਹੈ ਲਾਸਟ ਕਮੈਂਟ ਪੰਦੇਰ ਸਾਹਿਬ ਲੈਂਸ ਤੇ ਸੈਂਸ ਨੂੰ ਜਿੰਨਾ ਬਰੀਕੀ ਨਾਲ ਤੁਸੀਂ ਸਮਝਦੇ ਹੋ ਮੈਨੂੰ ਦੱਸਣ ਜ਼ਰੂਰਤ ਨਹੀਂ ਹੈਗੀ ਪਰ ਸਰ ਸਰਕਾਰਾਂ ਨੂੰ ਇਹ ਚੀਜ਼ ਕਿਉਂ ਨਹੀਂ ਨੇ ਸਰਕਾਰਾਂ ਦੇ ਵਿੱਚ ਤਾਂ ਪਹਿਲੀ ਗੱਲ ਮੈਂ ਕਹਿੰਨਾ ਜੀ ਉੱਥੇ ਟੈਲੈਂਟ ਹੈ ਨਹੀਂ ਦੇਖਣ ਦੀ ਨਜ਼ਰੇ ਹੈ ਨਹੀਂ ਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਨਜ਼ਰੇ ਨਹੀਂ ਆਉਂਦਾ ਕਿਉਂਕਿ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਕੁਝ ਹੋਰ ਹੈ ਉੱਥੇ ਉਹਨਾਂ ਦਾ ਦਿਲ ਕਿਸੇ ਹੋਰ ਜਗ੍ਹਾ ਤੇ ਧੜਕਦਾ ਉਹ ਜਿਹੜਾ ਹੈਗਾ ਬਿਗ ਮਨੀ ਦੇ ਉੱਤੇ ਹੀ ਧੜਕਦਾ ਔਰ ਉਹ ਬਿਗ ਮਨੀ ਤੇ ਉੱਤੇ ਹੀ ਉਹ ਕੇਂਦ੍ਰਿਤ ਨੇ ਬਾਕੀ ਰਹੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਮੈਂ ਜੇ ਮੁਜ਼ਾਰਾ ਹੋਊਗਾ ਇਹ ਮੈਂ ਮੈਂ ਉਦੋਂ ਫੇਰ ਆਪਾਂ ਡਿਬੇਟ ਕਰ ਲਾਂਗੇ ਪੰਜਾਬ ਦੇ ਵਿੱਚ ਜਦੋਂ ਆਖਰੀ ਜਿਹੜੇ ਪ੍ਰੋਟੈਸਟ ਸੀ ਉਹ ਐਮਰਜੈਂਸੀ 'ਚ ਹੋਏ ਸੀ ਪੰਜਾਬੀਆਂ ਦੇ ਉਸ ਤੋਂ ਬਾਅਦ 'ਚ ਜਦੋਂ ਅਸੀਂ 1978 ਤੋਂ ਲੈ ਕੇ 1995 ਤੱਕ ਜੋ ਪੰਜਾਬ ਦੇ ਵਿੱਚ ਤੰਦਵ ਕੀਤਾ ਗਿਆ ਇੰਡੀਅਨ ਸਟੇਟ ਦਾ ਉਸ ਤੋਂ ਬਾਅਦ 'ਚ ਜੋ ਦੇਖਿਆ ਉਸ ਤੋਂ ਬਾਅਦ 'ਚ ਦੱਸੋ ਜੀ ਕਿੰਨੇ ਪ੍ਰੋਟੈਸਟ ਰਹਿ ਗਏ ਪੰਜਾਬੀਆਂ ਨੇ ਤੇ ਪੰਜਾਬ ਦੇ ਤੇ ਉਹ ਹਾਲਤ ਇਹ ਹੈ ਪੰਜਾਬ ਇਸ ਵੇਲੇ ਵੀ ਇੱਕ ਇੱਕ ਮਾਸ ਡਿਪਰੈਸ਼ਨ 'ਚੋਂ ਚੱਲ ਰਿਹਾ ਬਿਕਾਉਜ਼ ਪੰਜਾਬੀ ਜਿਹੜਾ ਬੇਸਿਕਲੀ ਆ ਉਹ ਕਿਰਤੀ ਹੋ ਰਿਹਾ ਵਾ ਕਿਸਾਨ ਔਰ ਜਵਾਨ ਦਾ ਦੇਸ਼ ਪ੍ਰਦੇਸ਼ ਇਹ ਇੱਕ ਲੈਬੋਰੀ ਸੀ ਜਿਹਦੀ ਤੁਸੀਂ ਟੈਸਟ ਕੀਤਾ ਔਰ ਇਹੀ ਜਿਹੜੀ ਹੈਗੀ ਹੈ ਇਹ ਦੇਸ਼ ਦੇ ਵਿੱਚ ਇਕੱਲਾ ਹਿੰਦੁਸਤਾਨ ਚ ਨਹੀਂ ਸਾਰੀ ਦੁਨੀਆ ਦੇ ਵਿੱਚ ਇਹ ਦਿਖਾਇਆ ਜਾਏਗਾ ਕਿ ਪ੍ਰੋਟੈਸਟ ਤੁਸੀਂ ਕਰੋਨਾ ਦੇ ਨਾਲ ਹਾਂਗਕਾਂਗ ਦਾ ਪ੍ਰੋਟੈਸਟ ਖਤਮ ਹਿੰਦੁਸਤਾਨ ਦਾ ਸ਼ਾਹੀਨ ਬਾ ਖਤਮ ਚਾਈਨਾ ਦੇ ਵਿੱਚ ਜਿਹੜੇ ਮੁਸਲਮਾਨ ਆਪਣੇ ਧਾਰਮਿਕ ਆਜ਼ਾਦੀ ਦੇ ਚ ਉਹਨਾਂ ਦਾ ਪ੍ਰੋਟੈਸਟ ਖਤਮ ਜਿਹੜਾ ਫਰਾਂਸ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਐਮਐਸਪੀ ਵਰਗੀ ਇੱਕ ਕੰਡੀਸ਼ਨ ਮੰਗ ਲਈ ਸੀ ਉਹ ਖਤਮ ਯੂਕੇ ਦੇ ਵਿੱਚ ਬ੍ਰੈਕਸਿਟ ਦੇ ਬਾਰੇ ਖਤਮ ਜਿਹੜਾ ਸੀਗਾ ਕੈਨੇਡਾ ਦੇ ਵਿੱਚ ਇੱਕ ਜਿਹੜੀ ਮਾਈਨੋਰਿਟੀ ਗਵਰਨਮੈਂਟ ਹੈ ਉਹਦੇ ਖਿਲਾਫ ਜਿਹੜਾ ਸੀ ਖੁਸਲਫੁਸਰ ਖਤਮ 트럼ਪ ਦੇ ਖਿਲਾਫ ਜਿਹੜਾ ਸੀ ਰੌਲਾ ਖਤਮ ਅਰਜਨਟੀਨਾ ਚ ਪ੍ਰੋਟੈਸਟ ਖਤਮ ਬ੍ਰਾਜ਼ੀਲ ਚ ਪ੍ਰੋਟੈਸਟ ਖਤਮ ਕਿਤੋਂ ਦੀ ਗੱਲ ਕਰਾਂਗੇ ਜੀ ਅਸੀਂ ਸਰ ਇਹ ਇਸ ਤੁਸੀਂ ਡੈਲੀਬਰੇਟਲੀ ਅਟੈਂਪਟ ਨੂੰ ਪਰਭਾਸ਼ਿਤ ਕੀਤਾ ਹੈ ਅਖੀਰ ਦੇ ਵਿੱਚ ਹਾਂਜੀ ਇਹ ਇਹ ਇੰਟਰਨੈਸ਼ਨਲ ਜਿਹੜੀਆਂ ਸਾਡੀਆਂ ਜਿਹੜੀਆਂ ਇਸ ਵੇਲੇ ਜਿਹਨੂੰ ਮਾਰਕੀਟ ਫੋਰਸਸ ਨੇ ਉਹਨਾਂ ਦੇ ਵੱਲੋਂ ਇਹ ਪ੍ਰੋਗਰਾਮ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਡਿਸਕੰਟੈਂਟ ਹੈ ਉਹ ਡਾਈਸੈਂਟ ਡਿਸਕੰਟੈਂਟ ਉਹਨੂੰ ਕਾਫ ਨਾਲ ਕਿਸ ਤਰ੍ਹਾਂ ਅਸੀਂ ਖਤਮ ਕਰਾਂਗੇ ਇਹ ਇਹ ਸਾਰੇ ਦਾ ਸਾਰਾ ਇਹ ਇੱਕ ਇੱਕ ਨਕਸ਼ਾ ਉਹ ਹੈ ਠੀਕ ਹੈ ਇਸ ਨੂੰ ਡੈਲੀਬਰਟਲੀ ਅਟੈਂਪਟ ਨਾਲ ਮੈਂ ਜੋੜਾਂ ਸਰ ਸਾਰੇ ਪੂਰੀ ਦੁਨੀਆ ਦੇ ਵਿੱਚ ਜੋ ਮਾਹੌਲ ਚੱਲਦਾ ਪਿਆ ਬਿਲਕੁਲ ਜੀ ਬਿਲਕੁਲ ਚਲੋ ਬਹੁਤ ਧੰਨਵਾਦ ਇਹਨਾਂ ਦਾ ਇਹ ਹੈ ਕਿ ਕੋਰੋਨਾ ਇੱਕ ਵਾਇਰਸ ਨਹੀਂ ਹੈ ਪੈਂਡੈਮਿਕ ਨਹੀਂ ਹੈ ਇਹ ਕੋਈ ਚੁਣੌਤੀ ਨਹੀਂ ਹੈ ਇਹ ਸਿਰਫ ਇੱਕ ਛਾਜਸ਼ ਹੈਗੀ ਹੈ ਜਿਹਦੇ ਤਹਿਤ ਲੋਕਾਂ ਦੇ ਸਟਰਗਲ ਕੁਚਲੇ ਜਾ ਰਹੇ ਆ ਇਹ ਇਹਨਾਂ ਦਾ ਮੈਨੂੰ ਜੋ ਲੱਗ ਰਿਹਾ ਇਹ ਕਹਿ ਰਹੇ ਆ ਮੇਰਾ ਖਿਆਲ ਬਿਲਕੁਲ ਇਹ ਨਹੀਂ ਕਹਿ ਰਿਹਾ ਕਿ ਇਫੈਕਟ ਜਰੂਰ ਹੋਏ ਇਹ ਨਹੀਂ ਕਹਿੰਦਾ ਵੀ ਕਰੋਨਾ ਪੈਂਡੈਮਿਕ ਨਹੀਂ ਹੈ ਕਰੋਨਾ ਪੈਂਡੈਮਿਕ ਹੈ ਤੇ ਬਿਮਾਰੀਆਂ ਆਉਂਦੀਆਂ ਨੇ ਟਿਊਬਰਕਲੋਸਿਸ ਵੀ ਆਈ ਸਾਰਸ ਵੀ ਆਈ ਮਰਜ਼ ਵੀ ਆਈ ਅਬੋਲਾ ਵੀ ਆਈ ਜ਼ੀਕਾ ਵੀ ਆਈ ਸਾਰੀਆਂ ਬਿਮਾਰੀਆਂ ਆਈਆਂ ਕੁਝ ਵੱਡੇ ਪੱਧਰ ਤੇ ਰਹੀ ਸੀ ਐਚਆਈ ਵੀ ਆਈ ਚਲੋ ਸਰ ਇੱਕ ਕਾਲਮ ਲਾ ਕੇ ਗਣ ਪੰਦੇਰ ਸਾਹਿਬ ਇਹ ਕਹਿਣਾ ਚਾਹੁੰਦੇ ਆ ਵੀ ਇਸ ਵਾਇਰਸ ਦੇ ਬਹਾਨੇ ਕੋਈ ਹੋਰ ਵਾਇਰਸ ਜਰੂਰ ਹੈਗਾ ਵਿੱਚ ਬਿਲਕੁਲ ਜੀ ਉਹਦੀ ਆੜ ਦੇ ਵਿੱਚ ਜਿਹੜਾ ਹੈਗਾ ਖੌਫ ਦਾ ਇੰਜੈਕਸ਼ਨ ਦਿੱਤਾ ਜਾ ਰਿਹਾ ਚਲੋ ਠੀਕ ਹੈ ਬਹੁਤ ਧੰਨਵਾਦ ਪੰਦੇਰ ਸਾਹਿਬ ਤੁਹਾਡਾ ਪ੍ਰਸੰਗ ਜੀ ਜੀ ਤੁਸੀਂ ਤੁਹਾਡਾ ਤੁਸੀਂ ਦੋਨਾਂ ਨੇ ਬਹੁਤ ਹੀ ਕੀਮਤੀ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਕੀਮਤੀ ਜਿਹੜੇ ਤੁਹਾਡੇ ਦਰਦ ਸੀਗੇ ਕੀਮਤੀ ਭਾਵਨਾਵਾਂ ਸੀਗੀਆਂ ਉਹ ਸਾਰੇ ਦਰਸ਼ਕਾਂ ਦੇ ਸਾਹਮਣੇ ਆਈਆਂ ਤੇ ਇਸ ਚਰਚਾ ਬਾਰੇ ਮੈਂ ਅਖੀਰ ਵਿੱਚ ਕੋਈ ਸ਼ਬਦ ਨਹੀਂ ਬੋਲ ਸਕਦਾ ਕਿਉਂਕਿ ਸਾਰਾ ਕੁਝ ਤੁਸੀਂ ਸੁਣ ਚੁੱਕਿਓ ਕੀ ਕੁਛ ਕੌਣ ਕਰ ਰਿਹਾ ਹੈ ਡੈਲੀਬਰਟਰੀ ਅਟੈਂਪਟ ਤੱਕ ਦੀ ਜਦੋਂ ਗੱਲ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਵਾਲ ਮੁੱਕ ਜਾਂਦੇ ਆ ਸਵਾਲ ਪੁਖ ਦੀ ਗੋਦ ਵਿੱਚ ਸ਼ਾਮਲ ਹੋ ਜਾਂਦੇ ਆ ਅ ਜੋ 17 ਜਿਹੜੀਆਂ ਮੈਂ ਅਖੀਰ ਤੇ ਜ਼ਰੂਰ ਕਹਿਣੇ ਚਾਹੂੰਗਾ ਜੋ ਸਾਡੇ ਕੋਲੇ ਵਾਰ-ਵਾਰ ਸਾਹਮਣੇ ਆ ਰਿਹਾ ਤੇ ਅੱਜ ਮੇਰੇ ਮੋਬਾਈਲ ਦੇ ਉੱਤੇ ਮੈਂ ਵੀ ਇਹ ਲਾਈਨਾਂ ਜਿਹੜੀਆਂ ਪਾਈਆਂ ਹੋਈਆਂ ਇਸ ਸ਼ਹਿਰ ਮੇ ਮਜ਼ਦੂਰ ਜੈਸਾ ਦਰ ਬਦਰ ਕੋਈ ਨਹੀਂ ਜਿਸ ਨੇ ਸਭ ਕੇ ਘਰ ਬਣਾਏ ਉਸ ਦਾ ਕੋਈ ਘਰ ਨਹੀਂ ਬੋਤਾ